ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੋਰ ਹਾਜ਼ੀਰਾ ਜੀ ਲੈ ਕੇ ਤੁਹਾਡਾ ਆਪਣਾ ਮਨਪਸੰਦੀ ਇਮੀਗ੍ਰੇਸ਼ਨ ਸ਼ੋਅ ਡਾਰੀ ਵਿਦੇਸ਼ਾਂ ਨੂੰ ਜੀ ਹਾਂ ਸੋ ਤੁਹਾਡੇ ਹਰ ਵਾਰ ਦੀ ਤਰ੍ਹਾਂ ਸਵਾਲ ਜਿਵੇਂ ਸਾਡੇ ਕੋਲ ਪਹੁੰਚਦੇ ਰਹਿੰਦੇ ਨੇ ਤੇ ਤੁਹਾਡੇ ਸਵਾਲਾਂ ਦੇ ਜਵਾਬ ਲੈ ਕੇ ਅਸੀਂ ਹਾਜ਼ਰ ਹੋ ਜਾਨੇ ਆ ਸੋ ਆਸਟ੍ਰੇਲੀਆ ਕੈਨੇਡਾ ਤੇ ਯੂਕੇ ਬਾਰੇ ਖਾਸ ਤੌਰ ਤੇ ਚਰਚਾ ਕਰਾਂਗੇ ਉਹ ਸਾਰੇ ਮੁੱਦਿਆਂ ਨੂੰ ਅਸੀਂ ਛੇੜਾਂਗੇ ਜ਼ਰੂਰ ਜੋ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਅਹਿਮ ਰੋਲ ਅਦਾ ਕਰਦੇ ਨੇ ਤੇ ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਓਮ ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰਿਕੀ ਸੰਧੂ ਨੂੰ ਬਹੁਤ ਬਹੁ ਲਾਤਾ ਆਸਟ੍ਰੇਲੀਆ ਬਾਰੇ ਹੀ ਗੱਲ ਕਰਨੀ ਪੈਂਦੀ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਜਿਵੇਂ ਜਿਵੇਂ ਕਮਿੰਗ ਇਨਟੇਕਸ ਨਜ਼ਦੀਕ ਆਉਂਦੇ ਜਾ ਰਹੇ ਨੇ ਤੇ ਸਟੂਡੈਂਟਸ ਨੂੰ ਵੀ ਬਹੁਤ ਜਲਦੀ ਹੈ ਕਿ ਕਿਵੇਂ फटाफट ਅਸੀਂ ਆਸਟ੍ਰੇਲੀਆ ਲਈ ਅਪਲਾਈ ਕਰ ਦਈਏ ਤੇ ਸਾਡਾ ਵੀਜ਼ਾ ਆ ਜਾਏ ਸਭ ਤੋਂ ਖਾਸ ਕਿਹੜੀ ਚੀਜ਼ ਵੱਲ ਧਿਆਨ ਦੇਣਾ ਅਕਸਰ ਸਟੂਡੈਂਟ ਭੁੱਲ ਜਾਂਦੇ ਨੇ ਜਿੱਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਕਿ ਸਕਸੈਸਫੁਲੀ ਉਹਨਾਂ ਦਾ ਵੀਜ਼ਾ ਆਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਨਸਤੇ ਦੇਖਣ ਵਾਲੇ ਜਿੰਨੇ ਵੀ ਦਰਸ਼ਕ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਗੱਲ ਕਰਦੇ ਆਂ ਆਸਟ੍ਰੇਲੀਆ ਦੀ ਹਰ ਪਾਸੇ ਮਾਰਕੀਟ ਦੇ ਵਿੱਚ ਚਰਚਾ ਹੈ ਜੀ ਆਸਟ੍ਰੇਲੀਆ ਵੀਜ਼ਾ ਹਰ ਇੱਕ ਏਜੰਟ ਹਰ ਇੱਕ ਕੰਸਲਟੈਂਟ ਆਸਟ੍ਰੇਲੀਆ ਨੂੰ ਲੈ ਕੇ ਪ੍ਰੋਮੋਸ਼ਨ ਕਰ ਰਿਹਾ ਤੇ ਸਟੂਡੈਂਟਾਂ ਦਾ ਲੈ ਕੇ ਵੀ ਕਾਫੀ ਦੇਖਿਆ ਜਾ ਜਦੋਂ ਉਹਦਾ ਬਾਰਡਰ ਰੀਓਪਨ ਹੋਇਆ ਸਾਰਿਆਂ ਦਾ ਰੁਝਾਨ ਆਸਟ੍ਰੇਲੀਆ ਨੂੰ ਲੈ ਕੇ ਕਲੀਅਰ ਕੱਟ ਜਿਹੜੀ ਪਿਛਲੇ ਸ਼ੋਜ਼ ਵਿੱਚ ਵੀ ਮੈਂ ਗੱਲ ਕੀਤੀ ਸੀ ਕਿ ਚੰਗੇ ਐਪਲੀਕੈਂਟਸ ਜਿਹੜੇ ਹੈਗੇ ਜਿਨ੍ਹਾਂ ਦਾ ਗੈਪ ਨਹੀਂ ਹੈ ਜ਼ਿਆਦਾ ਪਲੱਸ 2 2021 ਪਾਸ ਆਊਟ ਸਟੂਡੈਂਟ ਹੈਗਾ ਆ 6 ਬੈਂਡਸ ਹੈਗੇ ਆ ਤੇ ਉਹ ਐਪਲੀਕੈਂਟਸ ਜਿਹੜੇ ਆ ਅਪਲਾਈ ਕਰ ਸਕਦੇ ਆ ਪਰਸੈਂਟੇਜ ਮੋਰ ਦੈਨ 60% ਰਿਕੁਆਇਰ ਰਹਿੰਦੀ ਹੈ ਗ੍ਰੈਜੂਏਟ ਐਪਲੀਕੈਂਟਸ ਜਿਹੜੇ ਹੈਗੇ ਆ ਸੰਡੇਸ਼ੇ ਬੈਂਡ ਦੇ ਨਾਲ ਐਪਲੀਕੇਸ਼ਨ ਨੂੰ ਕਰ ਸਕਦੇ 5 ਤੋਂ 7 ਸਾਲ ਤੱਕ ਦਾ ਗੈਪ ਐਕਸੈਪਟੇਬਲ ਹੈਗਾ ਬਟ ਉਹਦੀ ਨੀਡ ਹੈ ਜਸਟੀਫਿਕੇਸ਼ਨ ਦੀ ਅਗਰ ਤੁਸੀਂ ਉਸ ਚੀਜ਼ ਦੇ ਵਿੱਚ ਕੋਈ ਐਕਸਪੀਰੀਅੰਸ ਹੈ ਕੋਈ ਚੀਜ਼ ਕੀਤੀ ਹੋਈ ਹੈ ਉਹ ਜਸਟੀਫਿਕੇਸ਼ਨ ਚੱਲ ਜਾਏਗੀ ਤੇ ਉਹਦੇ ਨਾਲ ਐਪਲੀਕੇਸ਼ਨ ਅਪਲਾਈ ਕਰ ਸਕਦੇ ਗ੍ਰੈਜੂਏਟ ਐਪਲੀਕੇਸ਼ਨਸ ਲਈ ਐਡਵਾਂਟੇਜ ਇਹ ਕਹੇਗੀ ਕਿ 스ਪਾ우스 ਵੀ ਨਾਲ ਐਪਲੀਕੇਸ਼ਨ ਦੇ ਵਿੱਚ ਅਪਲਾਈ ਕਰ ਸਕਦਾ ਜੀ 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 ਬਿਲਕੁਲ ਸੋ ਕਾਫੀ ਜੋ ਹੈ ਪਲੱਸ ਪੁਆਇੰਟ ਜਾਂ ਅਸੀਂ ਕਹਿ ਸਕਦੇ ਹਾਂ ਬੈਨੀਫਿਟਸ ਰਹਿੰਦੇ ਨੇ ਆਸਟ੍ਰੇਲੀਆ ਲਈ ਕਿਉਂਕਿ ਅਸੀਂ ਜਿੱਥੇ ਦੇਖਦੇ ਆ ਪਹਿਲਾਂ ਕੈਨੇਡਾ ਵਿੱਚ ਕਈ ਵਾਰ ਰਿਫਿਊ

ਕੰਟਰੀ ਵੇਦੀ ਕਰਦਾ ਹੈ ਜੇ ਅਗਰ ਆਪਾਂ ਗੱਲ ਕਰਦੇ ਆ ਕੈਨੇਡਾ ਦੀ ਕੈਨੇਡਾ ਦੇ ਵਿੱਚ ਕੀ ਹੈਗਾ ਕਿ ਤੁਹਾਡੀ 1 ਸਾਲ ਦੀ ਫੀਸ ਔਰ 1 ਸਾਲ ਦੇ ਤੁਹਾਡੇ ਲਿਵਿੰਗ ਐਕਸਪੈਂਸਸ ਆ ਜਿੰਨੂੰ ਆਪਾਂ ਜੀਏਸੀ ਕਹਿੰਦੇ ਤੁਸੀਂ ਟਰਾਂਸਫਰ ਕਰ ਦਿੰਦੇ ਹੋ ਆਸਟ੍ਰੇਲੀਆ ਜਿਹਾ ਕੁਝ ਨਹੀਂ ਹੈਗਾ ਆਸਟ੍ਰੇਲੀਆ ਕਹਿੰਦਾ ਕਿ 1 ਸਾਲ ਦੀ ਫੀਸ ਔਰ 1 ਸਾਲ ਦੇ ਲਿਵਿੰਗ ਐਕਸਪੈਂਸਸ ਦਾ ਤੁਸੀਂ ਮੈਨੂੰ ਸ਼ੋਅ ਕਰੋ ਜਿੰਨੀ ਤੁਸੀਂ ਫੀਸ ਟਰਾਂਸਫਰ ਕਰਦੇ ਹੋ ਐਗਜ਼ਾਮਪਲ ਸਿੰਪਲ ਦਾ ਕਰਾਈਟੇਰੀਆ ਦੇ ਵਿੱਚ ਕਈਆਂ ਨੂੰ ਫਾਈਨੈਂਸ਼ੀਅਲਸ ਨੂੰ ਲੈ ਕੇ ਕਾਫੀ ਪ੍ਰੋਬਲਮ ਆਂਦੀ ਕਿ ਸਮਝ ਨਹੀਂ ਆਂਦੀ ਕਿ ਕਿੱਦਾਂ ਫਾਈਨੈਂਸ਼ੀਅਲ ਦਿਖਾਣੇ ਆ ਐਗ 6 ਮੰਨ ਦੀ ਫੀਸ ਪੇ ਕਰਦਾ ਪਿਆ ਦੈਨ ਉਹਨੂੰ ਰੈਸਟ 6 ਮੰਨ ਦੀ ਫੀਸ ਪਲੱਸ 1 ਇਅਰ ਦੇ ਲਿਵਿੰਗ ਐਕਸਪੈਂਸਸ ਪਲੱਸ ਮਿਸਲੀਨੀਅ ਸ਼ੋ ਕਰਨੇ ਪਾਉਗੇ ਇਹ ਉਹਦੇ ਫਾਈਨੈਂਸ਼ੀਅਲਸ ਬੰਦੇ ਨੇ ਜੀ ਕਈ ਏਜੰਟਸ ਦਾ ਕਾਰੋਬਾਰ ਹੈ ਪੈਕੇजेस ਦੇ ਵਿੱਚ ਇਸ ਚੀਜ਼ ਨੂੰ ਡੀਲ ਕਰਦੇ ਆ ਜਾਂ ਸਟੂਡੈਂਟ ਨੂੰ ਗਾਈਡ ਨਹੀਂ ਕਰਦੇ ਕਿ ਤੁਸੀਂ ਫੰਡ ਕਿੱਦਾਂ ਆਪਣੇ ਸ਼ੋਅ ਕਰ ਸਕਦੇ ਕਈ ਸਟੂਡੈਂਟਸ ਕੋਲ ਹੁੰਦੇ ਬਟ ਉਹਨੂੰ ਦੱਸਿਆ ਨਹੀਂ ਜਾਂਦਾ ਹੁਣ ਸੋਰਸ ਦੀ ਤੁਸੀਂ ਗੱਲ ਕਰਦੇ ਹੋ ਜੀ ਸਟੂਡੈਂਟ ਦੇ ਖੁਦ ਦੇ ਆਪਣੇ ਫਾਈਨੈਂਸ਼ੀਅਲਸ ਹੈਗੇ ਆ ਉਹ ਦਿਖਾ ਸਕਦੇ ਹੋ ਪੇਰੈਂਟਸ ਦੇ ਕੋਲ ਹੈ ਸਿਬਲਿੰਗਸ ਦੇ ਕੋਲ ਹੈ ਮਲਟੀਪਲ ਅਕਾਊਂਟਸ ਚੱਲ ਜਾਂਦੇ ਇਨ ਦਾ ਫਾਰਮ ਆਫ ਸੇਵਿੰਗਸ ਆ ਫਿਕਸਡ ਡਿਪੋਜ਼ਿਟ ਆ ਉਹ ਐਕਸੈਪਟੇਬਲ ਹੈਗੇ ਆ ਜੀ ਅਗਰ ਕਿਸੇ ਕੋਲ ਪੀਐਫ ਹੈਗਾ ਉਹ ਉਹਨੂੰ ਕਨਵਰਟ ਕਰ ਲੇ ਆਪਣੇ ਸੇਵਿੰਗਸ ਦੇ ਵਿੱਚ ਟ੍ਰਾਂਸਫਰ ਕਰ ਲੈਂਦਾ ਉਹ ਐਕਸੈਪਟੇਬਲ ਹੈਗਾ ਚ ਅਵੇਲੇਬਲ ਹੁੰਦੇ ਆ ਤੇ ਸਟੂਡੈਂਟ ਕਰ ਲੈਂਦੇ ਆ ਬਟ ਕਈ ਆਪਣੇ ਕਾਰੋਬਾਰ ਦੇ ਕਰਕੇ ਸਟੂਡੈਂਟ ਨੂੰ ਗਾਈਡ ਨਹੀਂ ਕਰਦੇ ਇਹੀ ਕਿਹਾ ਜਾਂਦਾ ਕਿ ਤੁਹਾਡੇ ਨਾਮ ਤੇ ਹੀ ਫੰਡ ਚੱਲੂਗੇ ਤੇ ਉਸ ਚੀਜ਼ ਦੇ ਵਿੱਚ ਲੱਖਾਂ ਰੁਪਏ ਸਟੂਡੈਂਟ ਕੋਲ ਲੈਂਦੇ ਆ ਤੇ ਜਿੱਤੇ ਸਟੂਡੈਂਟ ਵੀ ਇਸ ਚੀਜ਼ ਨੂੰ ਲੈ ਕੇ ਠੱਗੀ ਦਾ ਸ਼ਿਕਾਰ ਹੁੰਦਾ ਜਿੱਤੇ ਕਿਤੇ ਨਾ ਕਿਤੇ ਰੀਜ਼ਨ ਰਹਿੰਦਾ ਕਿ ਫੰਡ ਜਦੋਂ ਆਪਾਂ ਸਹੀ ਤਰ੍ਹਾਂ ਨਹੀਂ ਸ਼ੋਅ ਕੀਤੇ ਹੁੰਦੇ ਤਾਂ ਰਿਫਿਊਜ਼ਲ ਦਾ ਰੀਜ਼ਨ ਕੀ ਬੰਦੇ ਨੇ ਇਹ ਵੀ ਦੇਖੋ ਰਿਫਿਊਜ਼ਲ ਦਾ ਰੀਜ਼ਨ ਨੋ ਡਾਊਟ ਬੰਦਾ ਹੈ ਜਦੋਂ ਤੁਸੀਂ ਐਪਲੀਕੇਸ਼ਨ ਆਪਣੀ ਅਪਲਾਈ ਕਰਦੇ ਹੋ ਯੂਨੀਵਰਸਿਟੀਜ਼ ਦਾ ਜਿੱਦਾਂ ਕ੍ਰਾਈਟੇਰੀਆ ਕੋਈ 3 ਮੰਥਸ 올ਡ ਦੇ ਕੋਲ ਇੱਕ ਐਪਲੀਕੇਸ਼ਨ ਆਈ ਸੀ ਕਿਸੇ ABC ਏਜੰਟ ਦੀ ਉਹ ਦਿਨ ਕਹਿੰਦੇ ਕਿ ਸਰ ਮੇਰੀ ਰਿਫਿਊਜ਼ਲ ਆਈ ਹੈ ਫਾਈਨੈਂਸ਼ੀਅਲਸ ਨੂੰ ਲੈ ਕੇ ਹੂੰ ਹੂੰ ਦੋ ਤਿੰਨ ਚੀਜ਼ਾਂ ਹੈਗੀਆਂ ਕਈ ਵਾਰੀ ਕੀ ਕਰਦੇ ਆ ਕਿ ਕਿਸੇ ਦੀ ਫਿਕਸਡ ਡਿਪੋਜ਼ਿਟ ਦਿਖਾ ਕੇ ਉਹਦੇ ਤੇ ਓਵਰਡਰਾਫਟ ਲਿਮਿਟ ਲੈ ਲਈ ਐਗਜ਼ੈਂਪਲ ਕਿਸੇ ਨੇ 25 ਲੱਖ ਕਰਾਇਆ ਉਹਨੂੰ 3 ਲੱਖ ਦੇ ਨਾਲ ਉਹਨੂੰ 22 ਲੱਖ ਨੂੰ ਵਾਪਸ ਆ ਗਿਆ ਉਸ ਤਰੀਕੇ ਦੇ ਨਾਲ ਕਰਦੇ ਆ ਉਹ ਨਹੀਂ ਐਕਸੈਪਟੇਬਲ ਹੈਗਾ ਸੈਕੰਡ ਥਿੰਗ ਇਹ ਹੈ ਕਿ ਤੁਹਾਡੇ ਅਕਾਊਂਟ ਜ ਵਿੱਚ ਪਹਿਲਾ ਬੈਲੈਂਸ ਨਹੀਂ ਹੈਗਾ ਤੁਸੀਂ ਦੁਬਾਰਾ ਦਿਖਾਣੇ ਹੋ ਇਕੱਠਾ ਪੈਸਾ ਪੈਂਦਾ ਉਹਦਾ ਸੋਰਸ ਨਹੀਂ ਹੈਗਾ ਉਸ ਚੀਜ਼ ਦੇ ਉੱਤੇ ਵੀਜ਼ਾ ਅਫਸਰ ਰਿਫਿਊਜ਼ ਕਰ ਸਕਦਾ ਐ ਅਪਲੀਕੇਸ਼ਨ ਕਿ ਪਹਿਲਾਂ ਤੁਹਾਡੇ ਕੋਲ 1.2 ਲੱਖ ਰੁਪਏ ਸੀਗਾ ਅੱਜ ਅਪਲੀਕੇਸ਼ਨ ਤੁਸੀਂ ਪ੍ਰੋਸੈਸ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ 25 ਲੱਖ ਰੁਪਏ ਉਹ ਕਿੱਦਾਂ ਆਇਆ ਜੀ 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 ਜੇਕਰ ਉਹਦਾ ਸੋਰਸ ਨਹੀਂ ਦਿਖਾ ਬੰਦੇ ਉਹ ਕਰਨਾ ਕਰਕੇ ਅਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਜੀ ਸੋ ਆਪਾਂ ਸਾਰੀ ਜੋ ਗੱਲਬਾਤ ਐ ਕੰਟੀਨਿਊ ਰੱਖਾਂਗੇ ਫਿਲਹਾਲ ਸਾਡੇ ਜੋ ਕਾਲਰਸ ਨੇ ਉਹ ਵੀ ਜੁੜਨੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਨਾਲ ਗੱਲ ਕਰ ਲੈਣੇ ਆ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਐ ਕਿਹੜੀ ਜਗ

ਠੀਕ ਹੈ ਆਸਟ੍ਰੇਲੀਆ ਲਈ ਅਪਲਾਈ ਕਰਨਾ ਹੈ ਆਸਟ੍ਰੇਲੀਆ ਲਈ ਅਪਲਾਈ ਕਰਨਾ ਚਾਹੁੰਦੇ ਹੋ ਚਾਰ ਵਾਰ ਕੈਨੇਡਾ ਤੋਂ ਰਿਫਿਊਜ਼ਲ ਆ ਚੁੱਕੀ ਹੈ ਫਸਟ ਆਫ 올 ਮੈਂ ਹੀ ਕਈ ਸਟੂਡੈਂਟਸ ਨੂੰ ਕਹਿੰਨਾ ਹੈ ਕਿ ਐਪਲੀਕੇਸ਼ਨ ਜਿਹੜੇ ਕੈਨੇਡਾ ਲਈ ਅਪਲਾਈ ਕਰਨਾ ਚਾਹੁੰਦੇ 6 ਇਚ ਨਾਲ ਐਪਲੀਕੇਸ਼ਨ ਨੂੰ ਅਪਲਾਈ ਕਰੋ ਉਹਦੇ ਵਿੱਚ ਵੀਜ਼ਾ ਮਿਲਦਾ ਮੈਨੂੰ ਨਹੀਂ ਪਤਾ ਤੁਹਾਡਾ ਕਿਹੜਾ ਏਜੰਟ ਸੀਗਾ ਔਰ ਕਿੰਨੇ ਤੁਹਾਨੂੰ ਐਡਵਾਈਸ ਦਿੱਤੀਏ ਕੈਨੇਡਾ ਅਪਲਾਈ ਕਰਨ ਦੇ ਲਈ ਆਸਟ੍ਰੇਲੀਆ ਦੇ ਵਿੱਚ ਅਗਰ ਤੁਹਾਡੀ ਕੋਈ ਪ੍ਰੀਫਰੈਂਸ ਨਹੀਂ ਹੈਗੀ ਦੈਨ ਅਪਾ ਐਪਲੀਕੇਸ਼ਨਸ ਨੂੰ ਕਰ ਸਕਦੇ ਹਾਂ ਕਈ ਯੂਨੀਵਰਸਿਟੀਆਂ ਦਾ ਜਿਨ੍ਹਾਂ ਦੀ ਰਿਕੁਆਇਰਮੈਂਟਸ ਸਕਦੇ 2020 ਤੋਂ ਬਾਅਦ ਮੈਨੂੰ ਗੈਪ ਦੀ ਜਸਟੀਫਿਕੇਸ਼ਨ ਚਾਹੀਦੀ ਕਿ ਜੈਨੂਨ ਤੁਸੀਂ ਕੀ ਕੀਤਾ ਹੋਇਆ ਉਹਦੇ ਨਾਲ ਐਪਲੀਕੇਸ਼ਨ ਐਕਸੈਪਟੇਬਲ ਹੈ ਜੀ 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 ਬਿਲਕੁਲ ਬਾਕੀ ਦੋਸਤਿਆਂ ਨੂੰ ਵੀ ਜ਼ਰੂਰ ਕਹਿਣਾ ਚਾਹਾਂਗੇ ਜਿਨਵੇਂ ਸਟੂਡੈਂਟਸ ਚਾਹੇ ਪੇਰੈਂਟਸ ਨੇ ਕਿ ਤੁਹਾਡੇ ਵੀ ਕੋਈ ਮਨ ਵਿੱਚ ਸਵਾਲ ਹੋਵੇ ਤਾਂ ਲਗਾਤਾਰ ਨੰਬਰ ডিসਪਲੇ ਹੋ ਰਿਹਾ ਹੈ ਇਸ ਉੱ퍼 ਕਾਲ ਕਰਕੇ ਤੁਸੀਂ ਆਪਣੀ ਵੀ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਓਮ ਗਲੋਬਲ ਦੇ ਆਫਿਸ ਤਾਂ ਜਲੰਧਰ ਅੰਮ੍ਰਿਤਸਰ ਬਠਿੰਡਾ ਤੇ ਚੰਡੀਗੜ੍ਹ ਵਿੱਚ ਇਹਨਾਂ ਦੇ ਆਫਿਸ ਨੇ ਜਿੱਥੇ ਤੁਹਾਨੂੰ ਨੇੜੇ ਲੱਗੇ ਤੁਸੀਂ ਆਪਣੇ ਡਾਕੂਮੈਂਟਸ ਵਿਜ਼ਾ ਆਸਟ੍ਰੇਲੀਆਰ ਕੈਨੇਡਾ ਵਿੱਚ ਵੀ ਨੇ ਉੱਥੇ ਉਹਨਾਂ ਦੀ ਟੀਮ ਬੈਠੀ ਹੋਈ ਹੈ ਤਾਂ ਕਿ ਜਿਹੜੇ ਸਟੂਡੈਂਟਸ ਇੱਥੋਂ ਪਹੁੰਚਦੇ ਨੇ ਆਸਟ੍ਰੇਲੀਆ ਚਾਹੇ ਕੈਨੇਡਾ ਜਾਣ ਉੱਥੇ ਜਾ ਕੇ ਵੀ ਉਹਨਾਂ ਨੂੰ ਕੋਈ ਅਗਰ ਦਿੱਕਤ ਆਂਦੀ ਹੈ ਤਾਂ ਓਮ ਗਲੋਬਲ ਦੀ ਟੀਮ ਉੱਥੇ ਸਟੂਡੈਂਟਸ ਨੂੰ ਸਰਵਿਸਿਜ਼ ਪ੍ਰੋਵਾਈਡ ਕਰਨ ਲਈ ਹਾਜ਼ਰ ਹੈ ਜੀ ਆਪਾਂ ਗੱਲ ਫੰਡ ਦੀ ਕਰ ਚੁੱਕੇ ਹਾਂ ਤੇ ਅੱਗੋਂ ਅਗਰ ਆਪਾਂ ਸਪਾਊਸ ਵੀਜ਼ਾ ਦੀ ਗੱਲ ਕਰ ਲਈਏ ਮੋਸਟਲੀ ਕਿਉਂਕਿ ਅਸੀਂ ਦੇਖਦੇ ਹਾਂ ਕੈਨੇਡਾ ਵਿੱਚ ਇਕੱਠੇ ਨਹੀਂ ਜਾ ਸਕਦੇ ਸਪਾਊਸ ਨਾਲ ਜਾਣਾ ਤਾਂ ਆਸਟ੍ਰੇਲੀਆ ਨੂੰ ਬਹੁਤ ਅੱਛੀ ਆਪਸ਼ਨ ਮੰਨ ਲਿਆ ਜਾਂਦਾ ਤਾਂ ਕਿੰਨਾ ਕੁ ਚਾਹੀਦਾ ਰਿਕੁਆਇਰਮੈਂਟਸ ਕੀ ਨੇ ਦੇਖੋ ਰਿਕੁਆਇਰਮੈਂਟਸ ਜੇਕਰ ਗੱਲ ਕਰਦੇ ਆਂ ਅਗਰ ਆਪਾਂ 스파우스 ਐਪਲੀਕੇਸ਼ਨ ਕਰਨਾ ਚਾਹੁੰਦੇ ਆਂ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੀ ਹੈਗਾ ਕਿ ਦੋਨੋਂ ਐਪਲੀਕੈਂਟਸ ਗ੍ਰੈਜੂਏਟ ਚਾਹੀਦੇ ਆ ਇਸ ਤੋਂ ਅਲਟਰਨੇਟ ਜਿਹੜੀ ਚੀਜ਼ ਹੈਗੀ ਇਹ ਕਿ ਤੁਹਾਡਾ ਜਿਹੜਾ ਮੇਨ ਐਪਲੀਕੈਂਟ ਨੇ ਸਟੱਡੀ ਕਰਨੀ ਹੈ 스파우스 ਇੱਥੇ ਕੀ ਕਰਦਾ ਕੀ ਉਹਦਾ ਕਾਰੋਬਾਰ ਹੈਗਾ ਕਿਦਾਂ ਉਹਨਾਂ ਨੂੰ ਇਨਕਮ ਆ ਰਹੀ ਹੈ ਔਰ ਆਈਟੀਆਜ਼ ਰਿਕੁਆਇਰਡ ਰਊਗੀਆਂ ਔਰ ਚੰਗੇ ਫਾਈਨੈਂਸ਼ੀਅਲਸ ਦੇ ਨਾਲ ਤੁਸੀਂ 스파우스 ਐਪਲੀਕੇਸ਼ਨ ਨੂੰ ਅਪਲਾਈ ਕਰ ਸਕਦੇ ਹੋ ਤੇ ਸੇਮ ਡੇ ਦੋਨੋਂ ਜਾਣੇ ਫਲਾਈ ਕਰ ਸਕਦੇ हाँ जी, सत श्री जी। की नाम है? केड़ी जगह तो बोल रहे हो? रणधीर सिंगल का बता रही, फरीदकोट तो। को। हां जी, की सवाल है? मैं बीएससी की थी okay. ओके। बीएससी केड़े ईयर विच कीती है तुसी? 2020 दे विच। ओके। ठीक है। किन्नी परसेंटेज है? 79। जी, 5 .5. जी, किथे ली अप्लाई करना तुसी? ऑस्ट्रेलिया दी। ਬੀਐਸਸੀ ਕੀਤੀ ਕਿਹੜੇ ਈਅਰ ਦੇ ਪਾਸ ਆਊਟ ਹੋ ਜੀ 20 20 ਦੇ ਜੀ 20 ਤੋਂ ਬਾਅਦ ਕੋਈ ਐਕਸਪੀਰੀਅੰਸ ਹੈਗਾ ਤੁਹਾਡੇ ਕੋਲ ਜਨੂਨ ਹਾਂ ਜੀ ਜੋਬ ਦਾ ਹੈਗਾ ਓਕੇ ਜੋਬ ਕਰਦੇ ਪਿਓ ਜੀ ਬੈਂਕ ਰਿਕੁਆਇਰਮੈਂਟ ਤੁਹਾਡੀ ਚੰਗੀ ਕੋਈ ਪ੍ਰੇਫਰੈਂਸ ਤੇ ਨਹੀਂ ਹੈਗੀ ਬ੍ਰਦਰ ਤੁਹਾਡੀ ਕੋਈ ਠੀਕ ਹੈ ਅਗਰ ਪ੍ਰੀਫਰੈਂਸ ਨਹੀਂ ਹੈਗੀ ਜੋ ਚੀਜ਼ ਮੈਂ ਆਲਰੇਡੀ ਦੱਸ ਚੁੱਕਿਆ ਕਿ ਬਿਨਾ ਪ੍ਰੀਫਰੈਂਸ ਵਾਲੇ ਐਪਲੀਕੇਸ਼ਨ ਕਿਉਂਕਿ ਗੱਲ ਕਰਦੇ ਨਾ ਅਗਰ ਆਪਾਂ ਆਸਟ੍ਰੇਲੀਆ ਦੀ 43 ਯੂਨੀਵਰਸਟੀਆਂ ਆਸਟ੍ਰੇਲੀਆ ਦੇ ਵਿੱਚ ਹੈ ਹੁਣ ਕਈ ਵੱਡੇ ਸਟੂਡੈਂਟ ਆਉਂਦਾ ਕਿ ਮੈਂ ਮੈਲਬਨ ਹੀ ਜਾਣਾ ਹੁਣੇ ਮੈਂ ਜ਼ਿਕਰ ਕਰਕੇ ਹਟਿਆ ਕਿ ਕਈ ਯੂਨੀਵਰਸਟੀਆਂ ਦੀ ਰਿਕੁਆਇਰਮੈਂਟ 6.5 ਬੈਂਡ ਹੈ ਕਈ ਯੂਨੀਵਰਸਟੀਆਂ ਅੱਗੇ ਜਿਹੜੀਆਂ 6 ਦੇ ਨਾਲ ਐਪਲੀਕੇਸ਼ਨ ਨੂੰ ਲੈ ਲੈਂਦੇ ਆ ਬਟ ਗੱਲ ਇਹ ਸਮਝਣ ਦੀ ਲੋੜ ਹੈ ਕਿ ਤੁਹਾਡੀ ਐਪਲੀਕੇਸ਼ਨ ਕਿੱਥੇ ਐਲੀਜੀਬਲ ਹੈਗੀ ਹੁਣ ਸਟੂਡੈਂਟ ਆ ਕੇ ਕਹਿੰਦਾ ਮੈਂ ਮੈਲਬਨ ਹੀ ਜਾਣਾ ਤੇ ਰਸਤੇ ਬੰਦ ਹੋਊਗੇ ਹੋਗੇ ਆਸਟ੍ਰੇਲੀਆ ਲਈ ਵੀ ਰਸਤੇ ਬੰਦ ਹੋ ਜੂਗੇ ਕਿਤੇ ਨਾ ਕਿਤੇ ਬਹੁਤ ਕਾਰਨ ਬਣ ਜਾਂਦਾ ਹੈ ਕਿ ਐਪਲੀਕੇਸ਼ਨ ਖਰਾਬ ਹੁੰਦਾ ਜਾਂ ਏਜੰਟ ਖਰਾਬ ਕਰਦਾ ਏਜੰਟ ਨਹੀਂ ਖਰਾਬ ਕਰਦਾ ਸਟੂਡੈਂਟ ਨੂੰ ਵੀ ਸਮਝ ਚਾਹੀਦੀ ਇਸ ਚੀਜ਼ ਨੂੰ ਲੈ ਕੇ ਕਿ ਮੇਰੀ ਐਪਲੀਕੇਸ਼ਨ ਮੈਲਬਨ ਚ ਨਹੀਂ ਹੋ ਸਕਦੀ ਮੈਂ ਕਿਸੇ ਹੋਰ ਪ੍ਰੋਵਿੰਸ ਚ ਜਾਵਾਂ ਪ੍ਰੋਡਕਟੀਵ ਵੀਜ਼ਾ ਹੂੰ ਆਸਟ੍ਰੇਲੀਆ ਜੇ ਪਹੁੰਚ ਜਾਣੇ ਹੋ ਦੈਨ ਤੁਸੀਂ ਉਹਨੂੰ ਪੜ੍ਹਾਈ ਕਰਕੇ ਵੀ ਚੇਂਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਵੀ ਚੇਂਜ ਕਰ ਸਕਦੇ ਹੋ ਉਹ ਗੱਲ ਬਾਤ ਦੀ ਹੈ ਬਟ ਫਸਟ ਆਫ 올 ਜਿਹੜਾ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਆ ਇਹਨਾਂ ਕਾਰਨਾ ਕਰਕੇ ਅਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਯਾ ਸਟੂਡੈਂਟ ਦਾ ਬਹੁਤ ਜ਼ਿਆਦਾ ਗੈਪ ਬਣ ਜਾਂਦਾ ਕਿ ਏਜੰਟ ਕੋਲੋਂ ਮੈਂ ਅਪਲਾਈ ਕੀਤਾ ਸੀਗਾ 6 6 8 8 ਮਹੀਨੇ ਮੇਰੀ ਆਫਰ ਲੈਟਰ ਨਹੀਂ ਆਈ ਕਿਤੇ ਨਾ ਕਿਤੇ ਸਟੂਡੈਂਟਸ ਨੂੰ ਵੀ ਸਮਝਣ ਦੀ ਲੋੜ ਹੈ ਮੇਰੀ ਅਪਲੀਕੇਸ਼ਨ ਕਿੱਥੇ ਐਕਸੈਪਟੇਬਲ ਹੈ ਗਈ ਹੈ ਤੇ ਕਿੱਥੇ ਐਲੀਜੀਬਿਲਟੀ ਮੇਰੀ ਬਣਦੀ ਹੈ ਦੈਨ ਮੈਂ ਉੱਥੇ ਅਪਲੀਕੇਸ਼ਨ ਨੂੰ ਪ੍ਰੋਸੈਸ ਕਰ टेंट को जाओ तुम तो सवाल कर सको अज आप अगर स्पैशली हले फिलहाल आस्ट्रेलिया बारे गल कर रहे कैनेडा और यूके की भी गल करेंगे फिलहाल जो आस्ट्रेलिया तो तो की गल हों गल जी टी ई की होंगी है तो उसमें मैं जरूर चाहूंगी कि अपने दर्शकों थोड़ा डिटेल से समझाइए कि जी टी ई अहम रोल अदा करता है ਦੇਖੋ ਜੀਟੀ ਦਾ ਬੇਸਿਕ ਕ੍ਰਾਈਟੇਰੀਆ ਜੈਨੂਇਨ ਟੈਂਪਰਰੀ ਐਂਟਰੈਂਟ ਵੀਜ਼ਾ ਆਫੀਸਰ ਵੀ ਚਾਹੁੰਦਾ ਹੈ ਅਗਰ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਵੀਜ਼ਾ ਆਫੀਸਰ ਵੀ ਬੈਠਾ ਤੁਹਾਨੂੰ ਵੀਜ਼ਾ ਦੇਣ ਦੇ ਲਈ ਬੈਠਾ ਉਹ ਵੀ ਜਾਣਦਾ ਹੈ ਕਿ ਤੁਹਾਨੂੰ ਵੀਜ਼ਾ ਮਿਲੇ ਬਟ ਸਰਵਲ ਫੈਕਟਰਸ ਜਿਹੜੇ ਹੈਗੇ ਆ ਤੁਹਾਨੂੰ ਉਹਦੇ ਵਿੱਚ ਉਹਨਾਂ ਦੇ ਰਿਕੁਆਇਰਮੈਂਟ ਨੂੰ ਮੀਟ ਕਰਨਾ ਪੈਂਦਾ ਜੀਟੀ ਕ੍ਰਾਈਟੇਰੀਆ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਗਰ ਵੀਜ਼ਾ ਦੀ ਆਪਾਂ ਗੱਲ ਕਰੀਏ ਜਾਂ ਐਡਮਿਸ਼ਨਸ ਪ੍ਰੋਸੈਸ ਦੀ ਗੱਲ ਕਰੀਏ ਸਟੂਡੈਂਟ ਦੇ ਫਾਈਨੈਂਸ਼ੀਅਲਸ ਵੀ ਇਹਦੇ ਵਿੱਚ ਦੇਖੇ ਜਾਂਦੇ ਆ ਓਵਰਆਲ ਇਨਕਮ ਵੀ ਦੇਖੀ ਜਾਂਦੀ ਹੈ ਕੀ ਕਿੰਨੇ ਫਾਈਨੈਂਸ਼ੀਅਲ ਤੁਸੀਂ ਸ਼ੋਅ ਕਰਦੇ ਪਿਓ ਕਿੰਨੀ ਆਪਣੀ ਫੀਸਿਸ ਗਈਆਂ ਇਸ ਤੋਂ ਅਲਟਰਨੇਟਡ ਕੋ ਕਿੰਨਾ ਬੈਂਕ ਬੈਲੈਂਸ ਹੈਗਾ ਜਿਹਨੂੰ ਆਪਾਂ ਫੰਡ ਸ਼ੋਅ ਦੇ ਨਾਮ ਲੈਣੇ ਆ ਇਸ ਤੋਂ ਅਲਟਰਨੇਟਡ ਦੀ ਫੈਮਿਲੀ ਇਨਕਮ ਕਿੰਨੀ ਹੈ ਕਿ ਵੀਜ਼ਾ ਆਫੀਸਰ ਨੂੰ ਦੱਸਣਾ ਪਊਗਾ ਇੰਨਾ ਤੁਸੀਂ ਕਮਾਂਦੇ ਪਿਓ ਸਟੂਡੈਂਟ ਨੇ ਜਦੋਂ ਵੀਜ਼ਾ ਗ੍ਰਾਂਟ ਹੋ ਕੇ ਜਾਣਾ ਤੁਸੀਂ ਆਪਣਾ ਫੀਸ ਔਰ ਆਪਣਾ ਲਿਵਿੰਗ ਐਕਸਪੈਂਸਸ ਦਾ ਖਰਚਾ ਬਿਨਾ ਕੰਮ ਕੀਤੇ ਘੜ ਸਕਦੇ ਉਹ ਚੀਜ਼ ਨੂੰ ਤੁਸੀਂ ਕਲੀਅਰ ਕਰਨਾ ਹੁੰਦਾ ਇਹ ਬੇਸਿਕ ਕਰਾਈਟਰੀਆ ਜਿਹੜਾ ਜੀਟੀ ਦਾ ਤੁਹਾਨੂੰ ਕਲੀਅਰ ਕਰਨਾ ਪੈਂਦਾ ਤੇ ਇਹਦੇ ਬਿਹਾਰ ਤੇ ਕਾਫੀ ਪੋਸਿਬਿਲਟੀਜ਼ ਰਹਿੰਦੀਆਂ ਵੀਜ਼ਾ ਸੋ ਲਗਾਤਾਰ ਕਾਲਜ ਵੀ ਸਾਡੇ ਨਾਲ ਜੁੜ ਰਹੇ ਨੇ ਪਰ ਫਿਲਹਾਲ ਜੋ ਹੈ ਮੈਂ ਅਗਲੀ ਕਾਲ ਥੋੜੀ ਦੇਰ ਤੱਕ ਹੀ ਰিসিਵ ਕਰਾਂਗੀ ਸਵਾਲ ਇਖ ਇਥੇ ਬਹੁਤ ਜ਼ਰੂਰੀ ਜੋ ਹੈ ਸਾਡੇ ਕੋਲ ਦਰਸ਼ਕਾਂ ਦਾ ਵੀ ਪਹੁੰਚਦਾ ਰਹਿੰਦਾ ਹੈ ਕਿ ਜਦੋਂ ਗੱਲ ਪੀਆਰ ਦੀ ਹੁੰਦੀ ਹੈ ਪਹਿਲਾ ਸਵਾਲ ਤੇ ਹੁੰਦਾ ਕਿ ਆਸਟ੍ਰੇਲੀਆ ਦੀ ਪੀਆਰ ਨੂੰ ਮੁਸ਼ਕਿਲ ਕਿਉਂ ਮੰਨਿਆ ਜਾਂਦਾ ਤੇ ਦੂਸਰਾ ਮੈਂ ਜੋ ਜਾਣਨਾ ਚਾਹੂੰਗੀ ਕਿ ਆਸਟ੍ਰੇਲੀਆ ਦੀ ਪੀਆਰ ਦੀ ਗੱਲ ਕਰ ਲਈਏ ਜਾਂ ਕੈਨੇਡਾ ਪੀਆਰ ਦੀ ਗੱਲ ਕਰ ਲਈਏ ਕਿੰਨਾ ਕੋ ਫਰਕ ਰਹਿੰਦਾ ਹੈ ਕਿਹੜੀ ਈਜ਼ੀ ਆ ਜਾਂ ਪੀਆਰ ਤੇ ਅਗਰ ਕੋਈ ਫੋਕਸ ਕਰ ਰਹਾ ਹੈ ਤਾਂ ਉਸ ਨੂੰ ਕੀ ਡਿਸੀਜਨ ਲੈਣਾ ਚਾਹੀਦਾ ਦੇਖੋ ਡਿਸੀਜਨ ਦੀ ਗੱਲ ਜੈਂਡਸ ਵੱਲੋਂ ਜਾਂ ਕਈਆਂ ਨੂੰ ਇਸ ਚੀਜ਼ ਦੀ ਗਾਈਡੈਂਸ ਨਹੀਂ ਹੈ ਜਾਂ ਇਨਫੋਰਮੇਸ਼ਨ ਨਹੀਂ ਹੈਗੀ ਪ੍ਰੋਪਰ ਉਹ ਸਟੂਡੈਂਟ ਨੂੰ ਵੀ ਦੱਸ ਨਹੀਂ ਪਾਉਂਦੇ ਉਹ ਗੱਲ ਉਹੀ ਹੈ ਕਿ ਨਾ ਜਿੰਨੇ ਲੈ ਆ ਗੱਲੀ ਮੋਰਨ ਤੁਰ ਚੱਲੀ ਜਿੱਦਾਂ ਚੁਰਨ ਨੂੰ ਗੱਲ ਸੁਣਾਈ ਜਾਂਦੀ ਹੈ ਸਟੂਡੈਂਟ ਵੀ ਉਹ ਚੀਜ਼ ਨੂੰ ਅੱਗੇ ਪ੍ਰਮੋਟ ਕਰਨਾ ਸ਼ੁਰੂ ਕਰ ਦਿੰਦਾ ਫਰਸਟ ਆਫ ਆਲ ਜਿਹੜੀ ਚੀਜ਼ ਹੈਗੀ ਇਹਦੇ ਵਿੱਚ ਅਗਰ ਆਪਾਂ ਦੋਨੋਂ ਕੰਟਰੀਆਂ ਦੀ ਕੰਪੈਰੀਟਿਵਲੀ ਦੇਖੀਏ ਇੱਕ ਮੇਜਰ ਫੈਕਟਰ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਕੈਨੇਡਾ ਦੇ ਵਿੱਚ ਐਪਲੀਕੇਸ਼ਨ ਕਿਸੇ ਨੇ ਵੀ ਕੀਤੀ ਉਹ ਸਾਲ ਦੀ ਫੀਸ ਭਰ ਚੁੱਕਾ ਔਰ ਸਾਲ ਦਾ ਲਿਵਿੰਗ ਐਕਸਪੈਂਸ ਜਿੰਨੋਂ ਬਾ ਜੀਆਈਸੀ ਕੇ ਰਿਹਾ ਔਰ ਟਰਾਂਸਫਰ ਕਰ ਚੁੱਕਾ ਜੀ ਉਹਦੇ ਪੈਰ ਬੰਨੇ ਗਏ ਆ ਹਾਂ ਹਾਂ ਕਿਉਂਕਿ ਸਟੂਡੈਂਟ ਨਹੀਂ ਹਿੱਲ ਸਕਦਾ ਆਸਟ੍ਰੇਲੀਆ ਦੇ ਵਿੱਚ ਇਹ ਕਿ 6 ਮਹੀਨੇ ਦੀ ਫੀਸ ਦਿੱਤੀ ਦਿਨ ਮੈਂ ਪੜਨਾ ਆ ਜਾਂ ਨਹੀਂ ਪੜਨਾ ਸਟੂਡੈਂਟ ਮੂਵ ਕਰ ਜਾਂਦਾ ਕਿਤੇ ਨਹੀਂ ਵੀ ਪੜਦਾ ਇੱਕ ਇਹ ਕਾਰਨ ਰਹਿੰਦਾ ਜਿਹੜੇ ਤਾਂ ਸਟੂਡੈਂਟ ਪੜਦੇ ਜਾਣੀ ਹੈ ਮੋਟੀ ਮੋਟੀ ਚੀਜ਼ਾਂ ਨੂੰ ਸਮਝਾ ਦਿੰਨਾ ਇਹਦੇ ਵਿੱਚ ਦੇਖੋ ਦੋਨਾਂ ਦੇ ਵਿੱਚ ਏਜ ਤੁਹਾਡੀ ਕੁਆਲਿਫੀਕੇਸ਼ਨ ਤੁਹਾਡਾ ਐਕਸਪੀਰੀਅੰਸ ਤੁਹਾਡੀ ਲੈਂਗੁਏਜ ਪ੍ਰੋਫੀਸ਼ੈਂਸੀ ਦੇ ਬੇਸਿਸ ਦੇ ਉੱਤੇ ਤੁਹਾਨੂੰ ਪੁਆਇੰਟਸ ਮਿਲਦੇ ਇਸ ਤੋਂ ਅਲਟਰਨੇਟ ਅਗਰ ਮੈਂ ਗੱਲ ਕਰਾਂਗਾ ਆਸਟ੍ਰੇਲੀਆ ਦੀ ਤੁਹਾਡੀ ਕੋਈ ਪ੍ਰੋਵਿੰਸ ਨੋਮੀਨੇਸ਼ਨ ਅਗਰ ਤੁਹਾਨੂੰ ਮਿਲਦੀ ਹੈ ਉਹ ਵੀ ਤੁਸੀਂ ਉਹਦੇ ਵਿੱਚ ਕਰ ਸਕਦੇ ਕੈਨੇਡਾ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਸੋ ਅਗਲੇ ਕਾਲਰ ਵੀ ਸਾਡਾ ਲਾਈਨ ਤੇ ਨੇ ਅਸੀਂ ਕਾਲ ਰੀਸੀਵ ਕਰ ਲੈਨੇ ਇਹਨਾਂ ਦਾ ਸਵਾਲ ਜਾਣ ਲੈਨੇ ਪਹਿਲਾਂ ਹਲੋ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ ਸਸਕਰਮ ਹਾਂ

2020 ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਕੋਲ ਐਕਸਪੀਰੀਅੰਸ ਹੈ ਡੈਫੀਨਿਟਲੀ ਆਪਾਂ ਅਪਲਾਈ ਕਰ ਸਕਦੇ ਆ ਕੈਨੇਡਾ ਲਈ ਐਲੀਜੀਬਲ ਹੈਗੇ ਹੋ ਆਸਟ੍ਰੇਲੀਆ ਲਈ ਵੀ ਹੈਗੇ ਹੋ ਤੇ ਉਰਚ ਕੋਈ ਦਿੱਕਤ ਨਹੀਂ ਕਿ ਦੋਨਾਂ ਕੰਟਰੀ ਲਈ ਕਰ ਸਕਦੇ ਹੋ ਤੁਸੀਂ ਆਫਿਸ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟੇਸ਼ਨ ਲੈ ਕੇ ਨਾਲ ਹੂੰ ਤੇ ਪ੍ਰੋਸੈਸ ਹੋ ਜਾਊਗਾ ਜੀ ਕੋਈ ਦਿੱਕਤ ਨਹੀਂ ਇਹਦੇ ਚ ਜੀ ਥੈਂਕ ਯੂ ਜੀ ਸਾਡੇ ਸ਼ੋਅ ਵਿੱਚ ਕਾਲ ਕਰਨ ਲਈ ਤੇ ਵਾਕਈ ਕਿਉਂਕਿ ਸਾਡੇ ਨਾਲ ਹਮੇਸ਼ਾ ਦਰਸ਼ਕ ਜੁੜਦੇ ਰਹਿੰਦੇ ਨੇ ਤੇ ਅਸੀਂ ਵੀ ਆਪਣੀ ਪੂਰੀ ਜ਼ਿੰਮੇਵਾਰੀ ਦੇ ਨਾਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਤੁਹਾਨੂੰ ਸਭ ਪਤਾ ਹੋਵੇ ਤੁਹਾਡੀ ਪ੍ਰੋਫਾਈਲ ਬਾਰੇ ਵੀ ਤੁਸੀਂ ਕਿੱਥੇ ਜਾਣਾ ਹੈ ਉੱਥੇ ਬਾਰੇ ਵੀ ਤੇ ਕਿਹੜੇ ਕਿਹੜੇ ਰੂਲਸ ਨੂੰ ਅੱਗੇ ਜਾ ਕੇ ਫੋਲੋ ਕਰਨਾ ਚਾਹੀਦਾ ਹੈ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਹੋਵੇ ਜੀ ਆਪਾਂ ਆਸਟ੍ਰੇਲੀਆ ਔਰ ਕੈਨੇਡਾ ਦੇ ਪੀਆਰ ਦੀ ਗੱਲ ਕਰ ਚੁੱਕੇ ਹਾਂ ਤੇ ਮੈਂ ਚਾਹੂੰਗੀ ਇੱਥੇ ਜ਼ਰੂਰ ਕੀ ਕੋਈ ਪੁਆਇੰਟ ਰਹਿੰਦਾ ਜੋ ਤੁਸੀਂ ਡਿਸਕਸ ਕਰਨਾ ਚਾਹੋਗੇ ਜਾਂ ਮੈਂ ਅਗਲਾ ਟੌਪਿਕ ਕਿਉਂਕਿ ਬਾਰੇ ਵੀ ਦੱਸਿਆ ਤਾਂ ਕਿ ਜਿਹੜੇ ਨਵੇਂ ਸਟੂਡੈਂਟ ਨੇ ਫਰੈਸ਼ ਸਟੂਡੈਂਟਸ ਨੇ ਉਹਨਾਂ ਨੂੰ ਵੀ ਪਤਾ ਚੱਲੇ ਕਿ ਉਹ ਅਪਲਾਈ ਕਰ ਸਕਦੇ ਨੇ ਕਿ ਨਹੀਂ ਦੇਖੋ ਅਗਰ ਐਲੀਜੀਬਿਲਟੀ ਦੀ ਗੱਲ ਕਰਦਾ ਹਾਂ ਉਸ ਤੋਂ ਪਹਿਲੇ ਮੈਂ ਇੱਕ ਚੀਜ਼ ਕਹਿਣਾ ਚਾਹੂੰਗਾ ਕਿ ਐਲੀਜੀਬਿਲਟੀ ਔਰ ਸਰਵਰ ਫੈਕਟਰਸ ਕਈ ਹੈਗੇ ਜਿਦੇ ਵਿੱਚ ਸਟੂਡੈਂਟਸ ਨੂੰ ਅਵੇਅਰਨੈਸ ਨਹੀਂ ਹੈਗੀ ਜਾਂ ਇਨਫੋਰਮੇਸ਼ਨ ਘੱਟ ਹੈਗੀ ਆ ਉਹ ਸਟੂਡੈਂਟ ਕੀ ਹੈਗੇ ਕਿ ਉਹ ਓਮ ਗਲੋਬਲ ਦੇ ਸੈਮੀਨਾਰਸ ਹੋ ਰਿਹਾ ਜਿੱਥੇ ਆਸਟ੍ਰੇਲੀਆ ਤੋਂ ਟੀਮ ਸਪੈਸ਼ਲੀ ਆ ਰਹੀ ਹੈ ਇੰਡੀਆ ਦੇ ਵਿੱਚ ਇਹ ਸੈਮੀਨਾਰ ਦੇ ਵਿੱਚ ਪਾਰਟਿਸਿਪੇਟ ਕਰਨ ਦੇ ਲਈ ਤੁਸੀਂ 1 ਟੂ 1 ਕਾਉਂਸਲਿੰਗ ਲੈ ਸਕਦੇ ਹੋ ਮੈਨੂੰ ਮ 15 ਤਰੀਕ ਨੂੰ ਤੁਸੀਂ ਅੰਮ੍ਰਿਤਸਰ ਆਫਿਸ ਸੈਮੀਨਾਰ ਦੇ ਵਿੱਚ ਆ ਸਕਦੇ ਹੋ 16 ਤਰੀਕ ਜਲੰਧਰ ਆਫਿਸ ਦੇ ਵਿੱਚ ਸੈਮੀਨਾਰ ਹੈ 17 ਤਰੀਕ ਉਂਗਲਵਲ ਦੇ ਬਠਿੰਡਾ ਆਫਿਸ ਸੈਮੀਨਾਰ ਹੈ ਤੇ 18 ਤਰੀਕ ਚੰਡੀਗੜ੍ਹ ਆਫਿਸ ਦੇ ਵਿੱਚ ਸੈਮੀਨਾਰ ਹੈ ਜਿਹਦੇ ਵਿੱਚ ਤੁਸੀਂ ਆਪਣੀ ਫਾਈਲ ਦੀ ਅਸੈਸਮੈਂਟ ਕਰਾ ਸਕਦੇ ਹੋ ਤੇ ਮੌਕੇ ਤੇ ਅਪਲਾਈ ਕਰ ਸਕਦੇ ਹੋ ਅਗਰ ਮੈਂ ਗੱਲ ਕਰਦਾ एलिजिਬਿਲਟੀ ਕ੍ਰਾਈਟੇਰੀਆ ਦੀ ਤੇ ਕਿਤਨੇ ਕਿਤੇ ਹੁਣ ਯੂਨੀਵਰਸਿਟੀਆਂ ਨੇ ਵੀ ਆਪਣੇ 2020 ਪਾਸ ਆਊਟ ਤੋਂ ਪੈਰ ਪਿੱਛੇ ਕੀਤੇ ਆ ਜਿਹੜਾ 2021 ਪਾਸ ਆਊਟ ਪਲੱਸ 2 ਹੈ ਜੋ ਮੈਂ ऑलरेडी ਪਹਿਲਾਂ ਵੀ ਦੱਸ ਚੁੱਕਾ ਪਲੱਸ 2 2021 ਪਾਸ ਆਊਟ ਮੋਰ ਥੈਨ 60% ਮਾਰਕਸ ਹੈ ਜਿਹਦੇ 6 ਬੈਂਡ ਦੇ ਨਾਲ ਅਪਲੀਕੇਸ਼ਨ ਅਪਲਾਈ ਕਰ ਸਕਦੇ ਹੈ ਗ੍ਰੈਜੂਏਟ ਐਪਲੀਕੈਂਟਸ ਦਾ 7-8 ਸਾਲ ਦਾ ਗੈਪ ਹੈ ਬਟ ਵਿਦ ਜਸਟੀਫਿਕੇਸ਼ਨ ਅਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਸਾਢੇ 6 ਬੈਂਡ ਦੇ ਨਾਲ ਕਿਤੇ ਨਾ ਕਿਤੇ ਆਪਸ਼ਨਸ ਹੈਗੀਆਂ ਕਿ 6 ਬੈਂਡ ਓਵਰ ਆਲ ਸਾਢੇ 5 ਦੇ ਨਾਲ ਮਿਲ ਜਾਏਗੀ ਆਪਸ਼ਨਸ ਬਟ ਬਹੁਤ ਜ਼ਿਆਦਾ ਵੈਰਾਈਟੀ ਜਾਂ ਆਪਸ਼ਨਸ ਕਹੂੰਗੇ ਨਾ ਸਟੂਡੈਂਟ ਨੂੰ ਕਿ ਪਾਰਟਿਕੂਲਰ ਏਰੀਆ ਦੇ ਵਿੱਚ ਹੀ ਜਾਣਾ ਉਹ ਅਪਲੀਕੇਸ਼ਨਸ ਦੇ ਲਈ ਥੋੜਾ ਜਿਹਾ ਔਖਾ ਆ ਜਾਊਗਾ ਰਾਦਰ ਇਸ ਤੋਂ ਅਲਟਰਨੇਟ ਅਗਰ ਆਪਾਂ ਗੱਲ ਕਰਦੇ ਇਸ ਪਾਗੋਸ ਐ on the sport ਤੁਸੀਂ ਐਸੈਸਮੈਂਟ ਕਰਾ ਸਕਦੇ ਹੋ ਐਕਸਪਰਟ ਟੀਮ ਨੂੰ ਮਿਲ ਸਕਦੇ ਹੋ ਤੇ ਆਪਣੇ ਪ੍ਰੋਫਾਈਲ ਬਾਰੇ ਆਪਣੇ ਵੀਜ਼ਾ ਬਾਰੇ ਜਾਣ ਸਕਦੇ ਹੋ ਜੀ ਬਿਲਕੁਲ ਜਿਵੇਂ ਤੁਸੀਂ ਸੈਮੀਨਾਰਸ ਦੀ ਗੱਲ ਕੀਤੀ ਹੈ ਤਾਂ ਇੱਥੇ ਮੈਂ ਜ਼ਰੂਰ ਜਾਨਣਾ ਚਾਹੂੰਗੀ ਜਦੋਂ ਸੈਮੀਨਾਰ ਹੁੰਦੇ ਹੈ ਤੁਹਾਡੀ ਐਕਸਪਰਟਸ ਦੀ ਟੀਮ ਵੀ ਇੱਥੇ ਪਹੁੰਚਦੀ ਹੈ ਸਟੂਡੈਂਟ ਫੇਸ ਟੂ ਫੇਸ ਬੈਠ ਕੇ ਔਨ ਟੇਬਲ ਜੋ ਹੈ ਡਿਸਕਸ਼ਨ ਕਰ ਸਕਦੇ ਨੇ ਕਿੰਨਾ ਕੋ ਫਾਇਦਾ ਸਟੂਡੈਂਟਸ ਨੂੰ ਇਹ ਤਾਂ ਚਲੋ ਮੈਨੂੰ ਪਤਾ ਚੱਲ ਰਿਹਾ ਕਿ ਮੌਕੇ ਤੇ ਤੁਸੀਂ ਕਹਿ ਰਹੇ ਆਫਰ ਲੈਟਰ ਮਿਲਦੀ ਹੈ ਹੋਰ ਕਿਹੜੇ-ਕਿਹੜੇ ਪੁਆਇੰਟਸ ਜੋ ਹੈ ਸਟੂਡੈਂਟਸ ਸੇ ਕਲੀਅਰ ਹੋ ਪਾਉਂਦੇ ਨੇ ਤਾਂ ਕਿ ਦਰਸ਼ਕ ਦੇਖ ਰਹੇ ਨੇ ਉਹ ਵੀ ਨਾ ਚੀਜ਼ਾਂ ਨੂੰ ਸਮਝ ਸਕਣ ਤੇ ਸੈਮੀਨਾਰ ਦਾ ਹਿੱਸ ਅਟੈਕ ਆ ਯਾਨੂ ਰੀਸੈਂਟ ਅਪਡੇਟ ਨਹੀਂ ਕੀ ਰੀਸੈਂਟ ਇਨਫੋਰਮੇਸ਼ਨ ਨਹੀਂ ਹੈਗੀ ਦੈਨ ਅਗਰ ਮੈਂ ਗੱਲ ਕਰਦਾ ਆ ਆਸਟ੍ਰੇਲੀਆ ਦੀ ਔਰ ਕੈਨੇਡਾ ਦੀ ਆਫਿਸੇ ਸਾਡੇ ਆਪਣੇ ਅਵੇਲੇਬਲ ਹੈਗੇ ਆ ਕੈਨੇਡਾ ਟੋਰਾਂਟੋ ਦੇ ਵਿੱਚ ਆਫਿਸ ਆ ਆਸਟ੍ਰੇਲੀਆ ਮੈਲਬਨ ਦੇ ਵਿੱਚ ਸਾਡੀ ਪ੍ਰੋਸੈਸਿੰਗ ਆ ਮਹਾਰਾਜੇਂ ਦੇ ਥਰੂ ਐਪਲੀਕੇਸ਼ਨ ਸਾਡੀ ਹੁੰਦੀ ਹੈ ਜੋ ਰੀਸੈਂਟ ਅਪਡੇਟ ਐਸ ਪਰ ਗਾਈਡਲਾਈਨਸ ਜੋ ਨਵੇਂ ਅਪਡੇਟਸ ਆਉਂਦੇ ਆ ਔਰ ਜੋ ਚੀਜ਼ ਪਹਿਲਾਂ ਸਾਡੇ ਕੋਲ ਆਈ ਉਹ ਸਭ ਤੋਂ ਪਹਿਲਾਂ ਅਸੀਂ ਉਹਨੂੰ ਇਨਫੋਰਮੇਟਿਵ ਬੇਸਿਸ ਦੇ ਉੱਪਰ ਸਟੂਡੈਂਟਾਂ ਤੱਕ ਹੀ ਪਹੁੰਚਾਉਣਾ ਤੇ ਇਹ ਚੀਜ਼ ਖਾਸ ਰਹਿੰਦੀ ਹੈ ਕਿ ਇੱਕ ਏਜੰ ਤੂੰ ਕੌਣ ਤੇ ਮੈਂ ਕੌਣ ਬਿਲਕੁਲ ਫਿਰ ਜਦੋਂ ਗੱਲ ਆਉਂਦੀ ਹੈ ਕਿ ਸਟੂਡੈਂਟ ਆਸਟ੍ਰੇਲੀਆ ਪਹੁੰਚਦਾ ਉਹਨੂੰ ਬੜੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਹੂੰ ਉਗੇ ਕਿਦਾਂ ਅਪਲਾਈ ਕਰੂਗਾ ਦੈਨ ਚੇਂਜ ਕਰਨਾ ਆ ਮਾਈਗ੍ਰੇਸ਼ਨ ਲੈਣੀ ਆ ਪੀਆਰ ਅਪਲਾਈ ਕਰਨੀ ਆ ਉਹਦੇ ਵਿੱਚ ਅਸਿਸਟੈਂਸ ਮਾਰਾ ਜਨ ਥਰੂ ਹੀ ਅਸੀਂ ਦੰਨੇ ਆ ਜੀ ਜੀ ਅਗਰ ਇਹੀ ਗੱਲ ਆਪਾਂ ਕੈਨੇਡਾ ਦੇ ਵਿੱਚ ਕਰਦੇ ਤਾਂ ਆਈਸੀਸੀਆਰਸੀ ਮੈਂਬਰ ਥਰੂ ਤੁਹਾਡੀ ਐਪਲੀਕੇਸ਼ਨ ਹੁੰਦੀ ਕਿ ਸਰਕਾਰੀ ਵਕੀਲ ਜਿਹੜੇ ਹੈਗੇ ਉਹਨਾਂ ਥਰੂ ਤੁਹਾਡੀ ਐਕਸਪਰਟ ਐਪਲੀਕੇਸ਼ਨ ਜਿਹੜੀ ਆ ਅਪਲਾਈ ਹੁੰਦੀ ਆ ਜੀ 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 ਬਿਲਕੁਲ ਸੋ ਇੱਕ ਗੱਲ ਇਹ ਆਂਦੀ ਕਿ ਆਪਾਂ ਜਦੋਂ ਇਨਫੋਰਮੇਟਿਵ ਸ਼ੋ ਐਵੇਂ ਲੈ ਕੇ ਆਂਦੇ ਆ ਤਾਂ ਅਸੀਂ ਇੱਕ ਜੋ ਹੈ ਜਨਰਲੀ ਗੱਲ ਕਰਦੇ ਆ ਲੇਕਿਨ ਜਦੋਂ ਸੈਮੀਨਾਰ ਹੁੰਦਾ ਤੁਸੀਂ ਆਪਣੀ ਪ੍ਰੋਫਾਈਲ ਖੁਦ ਜੋ ਹੈ ਡਿਸ ਕਿ ਤੁਸੀਂ ਮੌਕੇ ਤੇ ਸਲਾਹ ਲੈ ਕੇ ਅਗਰ ਤੁਹਾਡਾ ਮਨ ਬੰਨਦਾ ਤੁਹਾਡੇ ਪੇਰੈਂਟਸ ਦਾ ਮਨ ਬੰਨਦਾ ਤਾਂ ਤੁਸੀਂ ਮੌਕੇ ਤੇ ਆਫਰ ਲੈਟਰ ਲੈ ਕੇ ਅੱਗੋ ਪ੍ਰੋਸੈਸਿੰਗ ਕਰਵਾ ਸਕਦੇ ਹੋ ਜੀ ਅੱਗੋ ਕੈਨੇਡਾ ਦੀ ਗੱਲ ਕਰ ਲਈਏ ਕੈਨੇਡਾ ਨੂੰ ਲੈ ਕੇ ਬਹੁਤ سارے ਸਵਾਲ ਸੀ ਕਿ ਰਿਜ਼ਲਟਸ ਜੋ ਹੈ ਡਿਲੇ ਹੋ ਰਹੇ ਨੇ ਤੇ ਅੱਜ ਦੀ ਸਥਿਤੀ ਦੀ ਗੱਲ ਕਰੀਏ ਕਿ ਹਲੇ ਵੀ ਕੁਝ ਟਾਈਮ ਤੱਕ ਰਿਜ਼ਲਟਸ ਡਿਲੇ ਹੀ ਜਾ ਰਹੇ ਨੇ ਦੇਖੋ ਡਿਲੇਸ ਦੀ ਗੱਲ ਨਹੀਂ ਕਰੂੰਗਾ ਅਗਰ ਮੈਂ ਗੱਲ ਕਰਦਾ 2021 ਦੀ ਰਿਕਾਰਡ ਨੰਬਰ ਆਫ ਅਪਲੀਕੇਸ਼ਨਸ ਜਿਹੜੀਆਂ ਗ੍ਰਾਂਟ ਹੋਈਆਂ ਅਗਰ ਇਸ ਤੋਂ 5-7 ਸਾਲ ਬੈਕ ਜਾਣ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਉਸ ਟਾਈਮ ਦੇ ਉੱਤੇ ਕਿ ਕੈਨੇਡਾ ਦੀ ਅਪਲੀਕੇਸ਼ਨਸ ਘੱਟ ਸੀਗਾ ਰਿਜ਼ਲਟ ਬਹੁਤ ਜ਼ਿਆਦਾ ਸੀਗਾ ਬਟ ਅੱਜ ਅਗਰ ਮੈਂ ਗੱਲ ਕਰਦਾ ਹਾਂ ਕਿ ਰਿਕਾਰਡ ਟੋੜ ਅਪਲੀਕੇਸ਼ਨਸ 4 ਲੱਖ 50000 ਅਪਲੀਕੇਸ਼ਨਸ ਗ੍ਰਾਂਟ ਹੋਈਆਂ ਜਿਹਦੇ ਵਿੱਚ ਮੋਰ ਲੱਖ ਮੋਰ ਕਹੀਏ ਕਿ 217000 ਅਪਲੀਕੇਸ਼ਨ ਇੰਡੀਅਨ ਜਿਹੜੇ ਵੀਜ਼ਾ ਗ੍ਰਾਂਟ ਹੋਏ ਆ ਜਿਹੜੇ ਕਿ ਰਿਕਾਰਡ ਹੈ ਇਸ ਚੀਜ਼ ਦੇ ਵਿੱਚ ਕਿ ਇੰਡੀਅਨ ਅਪਲੀਕੇਸ਼ਨਸ ਤੋਂ ਇੰਨਾ ਹੁੰਗਾ ਰਾਮਿਲਿਆ ਉਸ ਚੀਜ਼ ਦੇ ਵਿੱਚ ਵੀਜ਼ਾ ਆਫੀਸਰ ਨੇ ਵੀਜ਼ਾਸ ਗ੍ਰਾਂਟ ਕੀਤੇ ਬਟ ਅਗਰ ਮੈਂ ਗੱਲ ਕਰੂੰਗਾ ਕਿ ਕਿਹੜੇ ਵੀਜ਼ਾਸ ਗ੍ਰਾਂਟ ਹੋਏ ਤੇ ਕਿਹੜੀਆਂ ਪ੍ਰੋਫਾਈਲਰ ਰਿਫਿਊਜ਼ ਹੋਈਆਂ ਜਿਹੜੇ 6 ਇਚ ਐਪਲੀਕੇਸ਼ਨਸ ਜਿਹੜੀਆਂ ਸੀਗੀਆਂ ਔਰ ਪਰਸੈਂਟੇਜ ਚੰਗੀ ਸੀ ਕਿ ਜਿਆਦਾ ਗੈਪ ਨਹੀਂ ਸੀਗਾ ਅਗਰ ਕਿਸੇ ਦਾ ਸੀਗਾ ਔਰ ਜਸਟੀਫਿਕੇਸ਼ਨ ਦੇ ਨਾਲ ਸੀਗਾ ਉਹਨਾਂ ਐਪਲੀਕੈਂਟਸ ਨੂੰ ਵੀਜ਼ਾ ਮਿਲਿਆ ਜਿਹੜੇ 5.5 ਬੈਂਡ ਵਾਲੇ ਐਪਲੀਕੇਸ਼ਨਸ ਅੱਗੇ ਆ ਜਾਂ ਫੇਕ ਡਾਕੂਮੈਂਟੇਸ਼ਨ ਜਿਨ੍ਹਾਂ ਦੀ ਲੱਗੀ ਹੈ ਉਸ ਚੀਜ਼ ਨੂੰ ਲੈ ਕੇ ਕੈਨੇਡਾ ਨੇ ਬਹੁਤ ਐਪਲੀਕੇਸ਼ਨ ਰਿਫਿਊਜ਼ ਵੀ ਕੀਤੀਆਂ ਇਹ ਚੀਜ਼ ਮੇਜਰ ਰਹੀ ਹੈ ਜੀ ਇਹਦੇ ਵਿੱਚ ਠੀਕ ਹੈ ਯ ਦੇਖੋ ਕੈਨੇਡਾ ਦੀ ਉਹੀ ਚੀਜ਼ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਕ ਬਹੁਤ ਵੱਡੀ ਰੇਸ਼ੋ ਦੇ ਨਾਲ ਹਜੇ ਤੱਕ ਦੇ ਰਿਕਾਰਡ ਐਪਲੀਕੇਸ਼ਨ ਹੈ ਜਿਹੜੀ 2021 ਦੇ ਵਿੱਚ ਗ੍ਰਾਂਟ ਕੀਤੇ ਵੀਜ਼ੇ ਅਗਰ ਇਸ ਤੋਂ ਪਹਿਲਾਂ ਵੀ ਮੈਂ ਗੱਲ ਕਰਾਂ ਪੈਂਡੈਮਿਕ ਤੋਂ ਪਹਿਲਾਂ ਵੀ ਅਗਰ 18 17 ਦੀ ਵੀ ਗੱਲ ਕਰੀ ਇਹਨਾਂ ਵੀਜ਼ਾ ਨਹੀਂ ਗ੍ਰਾਂਟ ਹੋਇਆ ਸੀਗਾ 4 ਲੱਖ ਪਲੱਸ ਵੀਜ਼ਾ ਗ੍ਰਾਂਟ ਹੋਇਆ ਉਹ ਸਾਲ 2021 ਦੇ ਵਿੱਚ ਬਹੁਤ ਵੱਡੀ ਜਿਹਨੂੰ ਕਈਏ ਉਪਲਬਧੀ ਹੈ ਇੰਟਰਨੈਸ਼ਨਲ ਐਪਲੀਕੈਂਟਸ ਦੇ ਲਈ ਤੇ ਉਸ ਚੀਜ਼ ਦੇ ਵਿੱਚ ਐਪਲੀਕੇਸ਼ਨ ਚੰਗੀ ਪ੍ਰੋਸੈਸ ਕਰ ਸਕਦੇ ਬਟ ਜਦੋਂ ਗੱਲ ਆਉਂਦੀ ਹੈ ਡਾਕੂਮੈਂਟੇਸ਼ਨ ਫੇਕ ਦੀ ਹਰ ਇੱਕ ਕੰਟਰੀ ਦੇ ਵਿੱਚ ਪ੍ਰੋਬਲਮ ਆਉ ਤੇ ਔਰ ਕਈ ਸਟੂਡੈਂਟਸ ਵੀ ਸੀਗੇ ਜਿਹੜੇ ਫੇਕ ਡਾਕੂਮੈਂਟੇਸ਼ਨ ਕਰਕੇ ਆਸਟ੍ਰੇਲੀਆ ਪਹੁੰਚੇ ਸੀਗੇ ਥੈਂ ਉੱਥੋਂ ਰਿਪੋਰਟ ਹੋਇਆ ਸਟੂਡੈਂਟ ਉਹ ਕਾਰਨ ਮੇਜਰ ਰਹਿੰਦਾ ਹੈ ਸਟੂਡੈਂਟ ਵੀ ਉਸ ਚੀਜ਼ ਦੇ ਉੱਤੇ ਅਵੇਅਰ ਹੁੰਦੇ ਆ ਕਿ ਠੀਕ ਹੈ ਮੈਨੂੰ ਆ ਚੀਜ਼ ਕੋਈ ਪਰਟੀਕੂਲਰ ਏਜੰਟ ਜਿਹਨੇ ਮਨਾਂ ਕਰਦਾ ਤੁਹਾਡੀ ਅਪਲੀਕੇਸ਼ਨ ਨਹੀਂ ਹੋਣੀ ਦੂਜੀ ਏਜੰਟ ਕੋ ਜਾਓਗੇ ਦੂਜਾ ਏਜੰਟ ਕਹਿੰਦਾ ਭਾਈ ਆਹ ਚੀਜ਼ ਤੇ ਡਿਗਰੀ ਡਿਪਲੋਮਾ ਫੰਡ ਕਰਾ ਕੇ ਮੈਂ ਤੁਹਾਡੀ ਅਪਲੀਕੇਸ਼ਨ ਨੂੰ ਪ੍ਰੋਸੈਸ ਕਰ ਦੂੰਗਾ ਕਿਤੇ ਨਾ ਕਿਤੇ ਸਟੂਡੈਂਟ ਜੇ ਵੀਜ਼ਾ ਲੈ ਵੀ ਲੈਂਦਾ ਪਹਿਲੀ ਗੱਲ ਤੇ ਵੀਜ਼ਾ ਨਹੀਂ ਆਉਂਦਾ ਜੇ ਆ ਵੀ ਜਾਂਦਾ ਥੈਨ ਗਵਰਨਮੈਂਟ ਇੰਨੀ ਕੁ ਸੈਣੀ ਹੈ ਉਹਨਾਂ ਨੂੰ ਪਤਾ ਹੈ ਲਾਸਟ ਅਰਾਊਂਡ ਮੋਰ ਥੈਨ 40 ਬੱਚੇ ਜਿਹੜੇ ਆ ਵਾਪਸ ਆਏ ਆ ਹਰਿਆਣਾ ਨੂੰ ਲੈ ਕੇ ਵੀ ਇਸੇ ਚੀਜ਼ ਉੱਤੇ ਪ੍ਰੋਬਲਮ ਆਈ ਸੀ ਕਿ ਥੈਨ ਉਹੀ ਚੀਜ਼ ਹੋ ਜਾਂਦੀ ਨਾ ਕਿ ਮੇਨ ਡਾਕੂਮੈਂਟੇਸ਼ਨ ਤੁਸੀਂ ਕਿੱਦਾਂ ਇਦੇ ਨਾਲੋਂ ਕਿ ਫੇਕ ਡਾਕੂਮੈਂਟੇਸ਼ਨ ਅਗਰ ਤੁਸੀਂ ਲਗਾਉਂਦੇ ਹੋ ਫੋਰ ਇਗਜ਼ਾਮਪਲ ਕਿਸੇ ਦਾ ਵੀਜ਼ਾ ਵੀ ਗ੍ਰਾਂਟ ਹੋਇਆ ਜਾਂ ਫਿਰ ਉਦਾਂ ਵੀ ਆਫਰ ਲੈਟਰ ਆ ਚੁੱਕੀ ਹੋਈ ਹੈ ਜਾਂ ਫੀਸ ਜੀ ਟ੍ਰਾਂਸਫਰ ਹੋ ਗਈ ਹੈ ਫੇਕ ਡਾਕੂਮੈਂਟ ਤੇ ਫੀਸ ਵਾਪਸ ਨਹੀਂ ਆਏਗੀ 8-9 ਲੱਖ ਰੁਪਏ ਸਟੂਡੈਂਟ ਦਾ ਖਰਾਬ ਹੋਣਾ ਜੀ ਹਮ ਬਿਲਕੁਲ ਸਹੀ ਕਹਿ ਤੁਸੀਂ ਕਿਉਂਕਿ ਅਗਰ ਅਸੀਂ ਥੋੜਾ ਪਿੱਛੇ ਦੀ ਗੱਲ ਕਰੀਏ ਤਾਂ ਕੁਝ ਖਬਰਾਂ ਆ ਰਹੀਆਂ ਸੀ ਕਿ ਕੁਝ ਕਾਲਜਸ ਵੀ ਬੈਨ ਹੋ ਗਏ ਸੀ ਜੋ ਕੈਨੇਡਾ ਦੇ ਵਿੱਚ ਉਸ ਤੋਂ ਬਾਅਦ ਤੋਂ ਸਟੂਡੈਂਟਸ ਜਾਂ ਉਹਦੇ ਪੇਰੈਂਟਸ ਦੀ ਉਹਨਾਂ ਦੇ ਗੱਲ ਕਰ ਲਈ ਉਹਨਾਂ ਦੇ ਮਨ ਵਿੱਚ ਹਮੇਸ਼ਾ ਡਾਊਟ ਆਉਂਦਾ ਕਿ ਕਿਸ ਤਰ ਤਿੰਨ ਕਾਲਜਸ ਸੀਗੇ ਬਿਲਕੁਲ ਹੀ ਉਹਨਾਂ ਦੇ ਵਿੱਚ ਪ੍ਰੋਬਲਮ ਆਈ ਇਸ ਚੀਜ਼ ਨੂੰ ਲੈ ਕੇ ਕਿ ਫੀਸਿਸ ਨੂੰ ਲੈ ਕੇ ਥੋੜਾ ਜਿਹਾ ਇਸ਼ੂ ਰਿਹਾ ਦੈਨ ਕੈਨੇਡਾ ਦੇ ਵਿੱਚ ਕਈ ਕਾਲਜਸ ਸਾਡੇ ਕੋਲ ਅਵੇਲੇਬਲ ਹੈਗੇ ਆ ਜਿਦੇ ਵਿੱਚ ਸਟੂਡੈਂਟ ਨੂੰ ਕਿਤੇ ਨਾ ਕਿਤੇ ਰਿਲੈਕਸੇਸ਼ਨ ਮਿਲਦੀ ਹੈ ਸਟੂਡੈਂਟ ਨੂੰ ਡਰ ਰਹਿੰਦਾ ਹੈ ਅਗਰ ਲਾਸਟ ਆਪਾਂ ਪਿਛਲੇ ਸਾਲ ਦੀ ਵੀ ਗੱਲ ਕਰਾਂਗਾ ਮੌਨਟਰੀਅਲ ਦੇ ਵਿੱਚ ਸਾਲ-ਸਾਲ ਲੱਗਿਆ ਮੋਰ ਦੇਨ 1 ਇਅਰ ਐਪਲੀਕੇਸ਼ਨਸ ਵੀ ਹੋਈਆਂ ਰਿਜ਼ਲਟ ਲੇਟ ਆਏ ਕਈਆਂ ਦੀ ਫੀਸਾਂ ਕਾਫੀ ਦੇਰ ਬਾਅਦ ਰੀਫੰਡ ਹੋਈਆਂ ਕਈਆਂ ਦੀ ਫੀਸਾਂ ਇਹ ਤਿੰਨ ਕਾਲਜਸ ਦੇ ਵਿੱਚ ਵਾਪਸ ਨਹੀਂ ਆਈਆਂ ਦੈਨ ਉੱਥੇ ਪ੍ਰੋਬ ਤੇ ਉਸ ਚੀਜ਼ ਦੇ ਵਿੱਚ ਹੈ ਕਿ ਇਹ ਮੇਰੇ ਕੋਲ ਆਫਟਰ ਵੀਜ਼ਾ ਆਪਸ਼ਨਸ ਵੀ ਅਵੇਲੇਬਲ ਹੈਗੇ ਉਨ ਗਲੋਬਲ ਦੇ ਕਿਸੇ ਵੀ ਆਫਿਸ ਤੇ ਵਿਜ਼ਿਟ ਕਰ ਸਕਦੇ ਹੋ ਕੈਨੇਡਾ ਦੇ ਵਿੱਚ ਆਫਟਰ ਵੀਜ਼ਾ ਆਪਸ਼ਨਸ ਡੈਫੀਨਿਟਲੀ ਦੇ ਸਕਦੇ ਆ ਕਿਤੇ ਨਾ ਕਿਤੇ ਸਟੂਡੈਂਟ ਵੀ ਨਾ ਉਸ ਚੀਜ਼ ਨੂੰ ਲੈ ਕੇ ਥੋੜਾ ਜਿਹਾ ਕੰਫਰਟ ਜ਼ੋਨ ਦੇ ਵਿੱਚ ਰਹਿੰਦਾ ਕਿ ਠੀਕ ਯਾਰ ਮੇਰਾ ਵੀਜ਼ਾ ਗ੍ਰਾਂਟ ਹੋਊਗਾ ਦੈਨ ਮੈਂ ਆਪਣੀ ਫੀਸ ਜਰਨੀ ਹੈ ਉਸ ਚੀਜ਼ ਦੇ ਵਿੱਚ ਸਟੂਡੈਂਟ ਨੂੰ ਬੈਨੀਫਿਟ ਹੈ ਜੀ 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 ਬਿਲਕੁਲ ਸੋ ਤੁਸੀਂ ਕੋਈ ਵੀ ਜਾਣਕਾਰੀ ਤੁਹਾਡੇ ਮਨ ਵਿੱਚ ਕੋਈ ਸਵਾਲ ਹੋਵੇ ਤੁਸੀਂ ਜ਼ਰੂਰ ਉਹ ਸਵਾਲ ਨੂੰ ਆਪਣੇ ਮਨ ਵਿੱਚ ਨਾ ਰੱਖਦੇ ਹੋਏ ਜੋ ਨੰਬਰ ਦਿੱਤਾ ਹੋਇਆ ਡਿਸਪਲੇ ਕੀਤਾ ਹੋਇਆ ਹੈ ਸਕਰੀਨ ਦੇ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਾਂ ਪਰ ਕੋਈ ਸਵਾਲ ਮੇਰੇ ਤੋਂ ਵੀ ਰਹਿ ਜਾਏ ਤਾਂ ਤੁਸੀਂ ਜ਼ਰੂਰ ਉਹ ਕਲੀਅਰ ਕਰ ਲੈਣਾ ਨੰਬਰ ਦੇ ਉੱਪਰ ਕਾਲ ਕਰਕੇ ਜੀ ਕੈਨੇਡਾ ਦੀ ਹੀ ਗੱਲ ਆਪਾਂ ਕਰ ਰਹੇ ਹਾਂ ਤੇ ਐਸਡੀਐਸ ਤੇ ਨੌਨ ਐਸਡੀਐਸ ਦੀ ਗੱਲ ਆ ਜਾਂਦੀ ਹੈ ਦੋ ਕੈਟਾਗਰੀਜ਼ ਵਿੱਚ ਵੰਡਿਆ ਜਾਂਦਾ ਸਟੂਡੈਂਟਸ ਨੂੰ ਤਾਂ ਨੌਨ ਐਸਡੀਐਸ ਦੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਸਟੂਡੈਂਟਸ ਕੀ ਨੌਨ ਐਸਡੀਐਸ ਵਾਲੇ ਅਪਲਾਈ ਕਰਨ ਕੈਨੇਡਾ ਜਾਂ ਫਿਰ ਉਸ ਤਰ੍ਹਾਂ ਦੀ ਪ੍ਰੋਫਾਈਲ ਨੂੰ ਆਸਟ੍ਰੇਲੀਆ ਅਪਲਾਈ ਕਰ ਲੈਣਾ ਚਾਹੀਦਾ ਦੇਖੋ ਡਸਨਟ ਮੈਟਰ ਕਿ ਉਹ ਚੀਜ਼ ਦੇ ਵਿੱਚ ਐਸਡੀਐਸ ਆ ਜਾਂ ਨੌਨ ਐਸਡੀਐਸ ਹੈ ਐਪਲੀਕੇਸ਼ਨ ਜਿਹੜੀ ਹੈ ਐਲੀਜੀਬਿਲਟੀ ਕ ਦੇ ਵਿੱਚ ਕੋਈ ਜਿਆਦਾ ਵੱਡਾ ਰੋਲ ਨਹੀਂ ਹੈ ਬਹੁਤ ਜਿਆਦਾ ਜਿੰਨੂੰ ਕਹੀਏ ਸਕਸੈਸ ਰੇਟ ਦਾ ਫਰਕ ਹੈ ਕਿ ਐਸਜੀਐਸ ਤੇ ਕਰ 90% ਹੈ ਨੋਨ ਐਸਜੀਐਸ ਤੇ 10% ਹੈ ਦਾਦਾ ਕੁਝ ਵੀ ਨਹੀਂ ਹੈਗਾ ਜਿਆਦਾ ਫਰਕ ਨਹੀਂ ਉਹਦੇ ਚ ਹੈਗਾ ਐਪਲੀਕੇਸ਼ਨ ਐਲੀਜੀਬਲ ਚਾਹੀਦੀ ਹੈ ਕ੍ਰਾਈਟੇਰੀਆ ਨੂੰ ਮੀਟ ਕਰਨ ਹੁਣ ਗੱਲ ਉਹੀ ਆਂਦੀ ਹੈ ਕਿ ਸਾਡੇ ਪੰਜ ਬੈਂਡ ਵਾਲੇ ਨੂੰ ਕਿਦਣਾ ਕਿਤੇ ਕਾਰੋਬਾਰ ਹੈ ਕਿਸੇ ਦਾ ਹਨਾ ਕੋਈ ਕਹਿ ਵੀ ਦਿੰਦੇ ਐਪਲਾਈ ਕਰ ਸਕਦੇ ਹੋ ਨੋਨ ਐਸਜੀਐਸ ਤੇ ਅਪਲਾਈ ਕਰ ਲਓ ਵੀਜ਼ਾ ਗ੍ਰਾਂਟ ਹੋ ਜਾਊਗਾ ਉਹਨਾਂ ਤਾਂ ਨਹੀਂ ਗ੍ਰਾਂਟ ਹੋਣਾ ਜੀ ਚਲੋ ਆਪਾਂ ਆਪਣੀ ਗੱਲਬਾਤ ਕੰਟੀਨਿਊ ਰੱਖਦੇ ਆਂ ਅਗਲੇ ਕਾਲਰ ਸਾਡਾ ਲਾਈਨ ਤੇ ਨੇ ਹੈਲੋ ਸਤਿ ਸ਼ ਸਰਨ ਗੱਲ ਕਰਦਾ ਪਿਆ ਜੀ ਫਿਰੋਜ਼ਪੁਰ ਤੋਂ ਹਾਂਜੀ ਕੀ ਸਵਾਲ ਹੈ ਜੀ ਤੁਹਾਡਾ ਮੈਡਮ ਕੈਨੇਡਾ ਲਈ ਅਪਲਾਈ ਕਰਨਾ ਹੈ ਜੀ ਓਕੇ ਪ੍ਰੋਫਾਈਲ ਦਾਜੋ ਆਪਣੀ ਮੈਂ ਕਮਰਸ ਕੀਤੀ ਆ 12ਵੀਂ ਓਕੇ ਪਲੱਸ 2 ਕਮਰਸ ਕਿਹੜੇ ਈਅਰ ਵਿੱਚ ਕੀਤੀ ਹੈ 2020-21 ਵਿੱਚ ਕੀਤੀ ਹੈ ਜੀ 21 ਵਿੱਚ ਕਿੰਨੀ ਪਰਸੈਂਟੇਜ ਹੈ ਮੇਰੇ 78 ਹੈ ਓਕੇ ਠੀਕ ਹੈ ਆਇਲਸ ਆਇਲਸ ਵਿੱਚ ਮੈਡਮ 6 ਈਚ ਬੈਂਡ ਹੈ ਮੇਰੇ ਸਾਰਿਆਂ ਜੋ 6 6 6 ਹੈ ਓਕੇ ਠੀਕ ਹੈ ਜੀ ਮੇਨਲੀ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਕਾਮਰਸ ਸਟੂਡੈਂਟ ਉਹ ਪਰਸੈਂਟੇਜ ਵੀ ਠੀਕ ਚੰਗੀ ਐ 6 ਇਚ ਸਕੋਰ ਆ ਜਿਹਦੀ ਮੈਂ ਆਲਰੇਡੀ ਗੱਲ ਕਰ ਰਿਹਾ ਸੀਗਾ ਪਹਿਲਾਂ ਵੀ ਆਪਾਂ ਅਗਰ ਕੰਪੈਰੀਟਿਵ ਦੇਖ ਰਹੇ ਸੀਗੇ ਐਸਜੀਐਸ ਨੋਨ ਐਸਜੀਐਸ ਦਾ ਜੀ ਡੈਫੀਨਿਟਲੀ ਇਦਾਂ ਦੀਆਂ ਹੀ ਐਪਲੀਕੇਸ਼ਨਸ ਆ ਜੀ ਜਿਨ੍ਹਾਂ ਤੇ ਵੀਜ਼ਾਸ ਗ੍ਰਾਂਟ ਹੁੰਦੇ ਆ ਤੇ ਹੱਥ ਜੋੜ ਕੇ ਬੇਨਤੀ ਐ ਸਾਰੇ ਸਟੂਡੈਂਟਸ ਨੂੰ ਜਿਨ੍ਹਾਂ ਦੇ ਬੈਂਡ ਸਕੋਰ ਘਟ ਐ ਇੱਕ ਮੋਡਿਊਲ ਦੇ ਵਿੱਚ ਪੰਜ ਜਾਂ 5.5 ਬੈਂਡ ਆ ਕੈਨੇਡਾ ਲਈ ਨਾ ਅਪਲਾਈ ਕਰੋ ਇਸ ਤੋਂ ਅਲਟਰਨੇਟ ਅਗਰ ਆਪਾਂ ਗੱਲ ਕਰਦੇ ਆ ਆਸਟ੍ਰੇਲੀਆ 'ਚ ਅਪਲਾਈ ਕਰ ਸਕਦੇ ਹੋ ਯੂਕੇ 'ਚ ਅਪ ਬਹੁਤ ਵੱਡਾ ਕਾਰਨ ਰਹੂਗਾ ਤੇ ਬੜੇ ਵੱਡੇ ਫੈਕਟਰ ਦੇ ਨਾਲ ਰਿਫਿਊਜ਼ਲ ਆਣੀ ਹੈ ਜੀ ਇਸ ਵਾਰ ਅਗਰ ਆਪਾਂ ਗੱਲ ਕਰਦੇ ਹਾਂ ਜੀ 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 ਬਿਲਕੁਲ ਸੋ ਅਵੇਅਰ ਕਰਨਾ ਤੁਹਾਨੂੰ ਜਾਗਰੂਕ ਕਰਨਾ ਸਾਡੇ ਸ਼ੋ ਦਾ ਮਕਸਦ ਹੈ ਸੋ ਇਸ ਤਰ੍ਹਾਂ ਦੀ ਅਸੀਂ ਐਕਚੁਅਲੀ ਦੇਖਦੇ ਹਾਂ ਬਹੁਤ ਸਾਰੀ ਪ੍ਰੋਫਾਈਲਜ਼ ਹੁੰਦੀਆਂ ਨੇ ਕਿ ਓਵਰਆਲ ਭਾਵੇਂ ਛੇ ਨੇ ਇੱਕ ਪ੍ਰੋਫਾਈਲ ਚ ਸਾਡੇ 5.5 5 ਰਹਿ ਜਾਂਦੇ ਨੇ ਸੋ ਵਾਕਈ ਉਹਨਾਂ ਪ੍ਰੋਫਾਈਲਸ ਨੂੰ ਨਾ ਸਟੂਡੈਂਟਸ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ ਜਾਂ ਤਾਂ ਤੁਸੀਂ ਆਪਣਾ ਆਇਲ ਸਕੋਰ ਜੋ ਹੈ ਸਹੀ ਕਰ ਲੋ ਓਵਰঅল 6 6 ਇਜ ਕਰ ਲੋ ਜਾਂ ਫਿਰ ਤੁਸੀਂ ਘੱਟ ਸਕੋਰ ਦੇ ਨਾਲ 5.5 ਇੱਕ ਵਿੱਚ ਹੈ ਤਾਂ ਆਸਟ੍ਰੇਲੀਆ ਲਈ ਅਪਲਾਈ ਕਰ ਲੋ ਤਾਂ ਬੈਸਟ ਆਪਸ਼ਨ ਜ਼ਰੂਰ ਰਹੇਗੀ ਤੁਹਾਡੇ ਲਈ ਕੈਨੇਡਾ ਲਈ ਕੋਈ ਹੋਰ ਖਾਸ ਪੁਆਇੰਟ ਮੈਂ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗੀ ਚਲੋ ਐਸ ਡੀ ਐਸ ਵਾਲੇ ਅਗਰ ਅਪਲਾਈ ਕਰਦੇ ਆਪਾਂ ਉਹਨਾਂ ਦਾ ਸਕਸੈਸ ਰੇਟ ਕਿਤੇ ਨਾ ਕਿਤੇ ਵਧੀਆ ਮੰਨ ਰਹੇ ਆ ਐਸ ਡੀ ਐਸ ਤਾਂ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਚੀਜ਼ ਵੱਲ ਧਿਆਨ ਕਿਸੇ ਫੋਕਸ ਜ਼ਿਆਦਾ ਰੱਖ ਫੇਸ ਕਰਨੀ ਪਵੇ ਦੇਖੋ ਇਸ ਚੀਜ਼ ਦੇ ਵਿੱਚ ਹੈ ਨਾ ਕਾਫੀ ਮੇਰੇ ਕੋਲ ਆਂਦੇ ਆ ਸਟੂਡੈਂਟਸ ਲਾਸਟ ਵੀ ਮੇਰੇ ਕੋਲ ਲਾਸਟ ਵੀਕ ਇੱਕ ਸਟੂਡੈਂਟ ਮਿਲ ਕੇ ਗਿਆ ਚੰਗੀ ਪਰਸੈਂਟੇਜ ਸੀਗੀ ਕਾਮਰਸ ਵਾਲਾ ਬੱਚਾ ਸੀਗਾ ਜੀ ਪਰਸੈਂਟੇਜ ਵੀ ਬਹੁਤ ਸੋਣੀ ਮੋਰ 80% ਸਕੋਰ ਸੀਗਾ 6.5 ਬੈਂਡ ਸੀਗੇ ਉਹਦੇ ਬਟ ਕਿਤੇ ਨਾ ਕਿਤੇ ਕੋਰਸ ਰੈਲੀਵੈਂਸੀ ਜਿਹੜੀ ਹੈ ਹੁਣ ਮੈਂ ਉਹੀ ਇਨਫੋਰਮੇਟਿਵ ਸੈਕਸ਼ਨ ਦੇ ਉੱਪਰ ਹੀ ਗੱਲ ਕਰ ਰਿਹਾ ਸੀਗਾ ਕੋਰਸ ਰੈਲੀਵੈਂਸੀ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਹੈ ਕੈਨੇਡਾ ਦੇ ਵਿੱਚ ਕੈਨੇਡਾ ਦੀ ਐਪਲੀਕੇਸ਼ਨ ਦੇ ਵਿੱਚ ਰੈਲੀਵੈਂਸੀ ਹੋਏਗੀ ਤਾਂ ਵੀਜ਼ਾ ਮਿਲਦਾ ਉਹਦਾ ਵੀਜ਼ਾ ਨਹੀਂ ਮਿਲਦਾ ਜੋ ਤੁਹਾਡੀ ਪੜ੍ਹਾਈ ਜੋ ਜੇ ਤੁਸੀਂ ਪੜਿਆ ਔਰ ਕੈਨੇਡਾ ਚ ਕੀ ਪੜਨਾ ਚਾਹੁੰਦੇ ਹੋ ਬਹੁਤ ਜ਼ਿਆਦਾ ਜ਼ਰੂਰੀ ਹੈ ਰੈਲੀਵੈਂਸੀ ਦੇ ਉੱਪਰ ਕਾਫੀ ਵੱਡੀ ਰਿਫਿਊਜ਼ਲ ਰੇਟ ਦੇਖਣ ਚ ਮਿਲਦਾ ਹੈ ਕਿ ਕਈ ਏਜੰਟਸ ਦਦਦੇ ਆ ਕਿ ਪ੍ਰੋਗਰਾਮ ਰੈਲੀਵੈਂਟਲੀ ਲੱਗ ਦਿੰਦੇ ਦੇਖਦੇ ਦੋ ਚਾਰ ਕਾਲਜਸ ਹੈਗੇ ਜਿੱਚ ਮੇਰਾ ਟਾਇਆ ਪੈਗਾ ਉਹਦੇ ਚ ਮੈਂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਾਦਾ ਕੋਰਸ ਮਿਲ ਗਿਆ ਠੀਕ ਹੈ ਨਹੀਂ ਮਿਲਿਆ ਤਾਂ ਵੀ ਠੀਕ ਹੈ ਉਹ ਐਪਲੀਕੇਸ਼ਨਸ ਦੇ ਵਿੱਚ ਦੇਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਹੈ ਇਸੇ ਕਰਕੇ ਅਸੀਂ ਸੈਮੀਨਾਰਸ ਅਰੇਂਜ ਕੀਤੇ ਆ ਜੋ ਕਿ ਸਾਡੇ 15 ਤਰੀਕ ਤੋਂ ਲੈ ਕੇ 18 ਤਰੀਕ ਤੱਕ ਓਮ ਗਲੋਬਲ ਦੇ ਆਫਿਸਸ ਦੇ ਵਿੱਚ ਹੋ ਰਿਹਾ ਤੁਸੀਂ ਆਪਣਾ ਸੈਮੀਨਾਰ ਦੇ ਵਿੱਚ ਹਿੱਸਾ ਬਣ ਸਕਦੇ ਹੋ ਆਪਣੇ ਡਾਕੂਮੈਂਟਸ ਲੈ ਕੇ ਆਓ ਪੇਰੈਂਟਸ ਨੂੰ ਨਾਲ ਲੈ ਕੇ ਆਓ ਮੌਕੇ ਤੇ ਫਰੀ ਅਸੈਸਮੈਂਟ ਕਰਾਓ ਆਪਣੇ ਲਈ ਸਹੀ ਕਾਲਜ ਸਹੀ ਕੋਰਸ ਸਹੀ ਪ੍ਰੋਗਰਾਮ ਤੁਸੀਂ ਚੁਣ ਸਕਦੇ ਹੋ ਉਹਦੀ ਅਸੈਸਮੈਂਟ ਦੇ ਨਾਲ ਤੁਸੀਂ ਇੱਕ ਚੰਗਾ ਵੀਜ਼ਾ ਸਕਸੈਸ ਰੇਟ ਦਾ ਰਿਜ਼ਲਟ ਲੈ ਸਕਦੇ ਹੋ ਜੀ 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 ਬਿਲਕੁਲ ਸੋ ਸਾਡੇ ਕੋਲ ਕਾਲਸ ਕਈ ਆ ਰਹੀਆਂ ਸੀ ਕਈ ਦਰਸ਼ਕ ਸਾਡੇ ਨਾਲ ਜੁੜ ਰਹੇ ਸੀ ਅਸੀਂ ਉਹਨਾਂ ਤੋਂ ਮਾਫੀ ਚਾਹਾਂਗੇ ਕਿ ਜਿਨ੍ਹਾਂ ਦੀ ਕਾਲਸ ਅਸੀਂ ਜੋ ਹੈ ਰੀਸੀਵ ਨਹੀਂ ਹੌਸ ਪੁਆਇੰਟਸ ਹੁੰਦੇ ਨੇ ਜੋ ਤੁਹਾਡੇ ਤੱਕ ਪਹੁੰਚਾਣੇ ਹੁੰਦੇ ਨੇ ਸੋ ਡਿਸਕਸ਼ਨ ਦੇ ਵਿੱਚ ਕਈ ਵਾਰੀ ਰੋਕਣਾ ਜੋ ਹੈ ਚੰਗਾ ਨਹੀਂ ਲੱਗਦਾ ਤਾਂ ਕਿ ਜੋ ਹੈ ਜਾਣਕਾਰੀ ਕਿਤੇ ਅਧੂਰੀ ਤੁਹਾਡੇ ਤੱਕ ਨਾ ਪਹੁੰਚੇ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚੇ ਇਹ ਹੀ ਸਾਡੇ ਇਸ ਸ਼ੋ ਦਾ ਮਕਸਦ ਹੁੰਦਾ ਹੈ ਤੇ ਵਾਕਈ ਚੰਗਾ ਲੱਗਦਾ ਹੈ ਜਦੋਂ ਤੁਹਾਡਾ ਵੀ ਵਧੀਆ ਰਿਸਪੌਂਸ ਸਾਡੇ ਸ਼ੋ ਨੂੰ ਮਿਲਦਾ ਤੁਹਾਡੇ ਸਵਾਲ ਸਾਡੇ ਤੱਕ ਪਹੁੰਚਦੇ ਨੇ ਤੇ ਅਸੀਂ ਉਮੀਦ ਕਰਦੇ ਹਮੇਸ਼ਾ ਕਿ ਤੁਹਾਡੀਆਂ ਉਮੀਦਾਂ ਤੇ ਅਸੀਂ ਵੀ ਖਰੇ ਉਤਰੀਏ ਸਹੀ ਜਾਣਕਾਰੀ ਲੈ ਕੇ ਹਮੇਸ਼ਾ ਹਾਜ਼ਰ ਹੁੰਦੇ ਰਹੀਏ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਡੇ ਸ਼ੋ ਵਿੱਚ ਆ ਕੇ ਖਾਸ ਗੱਲਾਂ ਇਹ ਖਾਸ ਜਾਣਕਾਰੀ ਸਾਡੇ ਦਰਸ਼ਕਾਂ ਨਾਲ 15 ਅਪ੍ਰੈਲ ਤੋਂ 18 ਅਪ੍ਰੈਲ ਤੱਕ ਤੁਹਾਡੇ ਸੈਮੀਨਾਰਸ ਨੇ ਤੁਸੀਂ ਵੀ ਜ਼ਰੂਰ ਹਿੱਸਾ ਬਣ ਕੇ ਜੋ ਹੈ ਸਾਰੀ ਜਾਣਕਾਰੀ ਫੇਸ ਟੂ ਫੇਸ ਔਨ ਟੇਬਲ ਲੈ ਸਕਦੇ ਹੋ ਬਹੁਤ ਬਹੁਤ ਧੰਨਵਾਦ ਜੀ ਸਾਰੀ ਡਿਸਕਸ਼ਨ ਦੇ ਲਈ ਜਾਣਕਾਰੀ ਲਈ ਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਣ ਵੀ ਦੇ ਇਜਾਜ਼ਤ ਧੰਨਵਾਦ